ਵਾਹਿਗੁਰੂ ਸੱਚੇ ਪਾਤਸ਼ਾਹ ਤੂੰ ਹੀ ਮਿਹਰ ਰੱਖੀ। ਚੱਲ ਜਿਹੜਾ ਕੰਮ ਸੀ ਵੱਡਾ ਉਹ ਨਿਬੜ ਗਿਆ ਮੇਰਾ। ਮਾਏ ਮੇਰੀ ਧੀ ਦਾ ਸੀ, ਮੈਂ ਆਪਦੀ ਧੀ ਨੂੰ ਆਪਦੀ ਸਹੇਲੀ ਦੇ ਘਰ ਛੱਡਿਆ ਆ। ਚੱਲ ਹੁਣ ਐਂ ਕਰਦਾ, ਅੱਜ ਥਾਣੇ 'ਚ ਜਾ ਕੇ ਆਉਣਾ। ਉਹ ਚਤਰ ਚੰਡਾਲ ਕੱਲ੍ਹ ਨਹੀਂ ਮਿਲਿਆ, ਪਤਾ ਨਹੀਂ ਕਿੱਥੇ ਰਹਿੰਦਾ ਕਿੱਥੇ ਜਾਂਦਾ ਗਾ। ਅੱਜ ਜਾਂਦਾ ਉਹਦੇ ਕੋਲ, ਨਾ ਉਹਦਾ ਫੋਨ ਲੱਗਿਆ। ਕੱਲ੍ਹ ਵੀ ਫੋਨ ਲਾਇਆ, ਦੋ ਵਾਰੀ ਤਿੰਨ ਵਾਰੀ ਫੋਨ ਨਹੀਂ ਲੱਗਿਆ। ਪਤਾ ਨਹੀਂ ਇਹੋ ਜਿਹਾ ਕੀ ਕੰਮ ਕਰਦਾ, ਕਿੱਥੇ ਰੁੱਝਿਆ ਹੋਇਆ ਕਾਸੇ 'ਚ, ਸਮਝ ਨਹੀਂ ਆਉਂਦੀ ਗੱਲ ਦੀ। ਅੱਜ ਆਪ ਹੀ ਥਾਣੇ 'ਚ ਜਾ ਸਤਿ ਕੇ ਸ਼੍ਰੀ ਆਉਣਾ। ਅਕਾਲ ਜਨਾਬ। ਲੈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਹੋ ਕਿਵੇਂ ਆ? ਉਹ ਜਨਾਬ ਮੈਂ ਤਾਂ ਠੀਕ ਹੈ, ਤੁਸੀਂ ਦੱਸੋ ਵੀ ਤੁਹਾਡੀ ਸਿਹਤ ਠੀਕ ਹੈ? ਉਹ ਮੇਰੀ ਤਾਂ ਸਿਹਤ ਤਾਂ ਠੀਕ ਆ, ਮੈਂ ਤਾਂ ਤੇਰੀਆਂ ਗੱਲਾਂ ਕਰੀ ਜਾਂਦਾ ਸੀਗਾ। ਤੂੰ ਹਾਂਜੀ, ਮੈਨੂੰ ਸਾਰੀਆਂ ਗੱਲਾਂ ਛੱਡ, ਸੁੱਖ ਤਾਂ ਹੈ? ਉਹ ਸੁੱਖ ਤਾਂ ਹੈਗੀ ਆ ਜਨਾਬ। ਤੇ ਤੂੰ ਕੱਲ ਕਿੱਥੇ ਸੀਗਾ? ਕੱਲ ਮੈਂ ਕਿਸੇ ਸਪਾਈਸ ਇਨਕੁਆਇਰੀ ਕਰਦਾ ਸੀ, ਕੱਲ ਮੈਂ ਸਿਵਲ ਦੇ ਵਿੱਚ ਇਨਕੁਆਇਰੀ ਕਰ ਰਿਹਾ ਸੀ। ਹੁਣ ਕੀ ਹੋ ਗਿਆ? ਜਿਹੜਾ ਹੁਣ ਹੈ ਕੀ ਆ ਜਨਾਬ, ਆਪਦਾ ਤੁਸੀਂ ਮਾੜਾ ਮੋਟਾ ਉਹ ਰੱਖੋ, ਧਿਆਨ ਰੱਖੋ। ਮੈਨੂੰ ਗੱਲ ਖੁੱਲ੍ਹ ਕੇ ਦੱਸ ਜੇ ਕੋਈ ਉਹ ਹੈਗੀ। ਖੁੱਲ੍ਹ ਕੇ ਜਨਾਬ ਤੁਸੀਂ ਸਮਝਦੇ ਨਹੀਂ, ਤੁਸੀਂ ਆਪਦਾ ਮਾੜਾ ਮੋਟਾ ਇੱਕ ਅੱਧੀ ਸਿਕਿਉਰਿਟੀ ਹੋਰ ਵਧਾ ਲਓ, ਮਾੜਾ ਮੋਟਾ ਤੁਸੀਂ ਆਪਦਾ ਖਿਆਲ ਰੱਖੋ ਜੀ। ਦੇਖ ਉਹ ਤਾਂ ਮੈਂ ਰੱਖ ਲੂੰਗਾ, ਜਿਹੜੀ ਗੱਲ ਆ ਗਈ ਮੈਨੂੰ ਸਫਾਈ ਸਿਰਫ ਖੁੱਲ੍ਹੀ ਖੁੱਲ੍ਹੀ ਦੱਸ ਦੇ, ਕੋਈ ਦੁੱਖ ਨਹੀਂ ਉਹਦਾ। ਫਿਰ ਬੰਦਾ ਚਕੰਨਾ ਹੋ ਜਾਂਦਾ ਉਹ ਜਿਹਾ। ਚਕੰਨਾ ਤਾਂ ਹੋ ਜਾਂਦਾ ਜਨਾਬ, ਕੱਲ੍ਹ ਜਦੋਂ ਮੈਂ ਉੱਥੇ ਖੜਾ ਸੀ ਨਾ, ਧਰਨਾ ਲੱਗਿਆ ਪਿਆ ਸੀ ਉੱਥੇ, ਮੈਂ ਸਿਵਲ 'ਚ ਸੀ, ਲੋਕ ਅਜੇ ਵੀ ਸੋਨੀ ਦੀਆਂ ਗੱਲਾਂ ਕਰੀ ਜਾਂਦੇ ਨੇ ਵੀ ਉਸੇ ਨਹੀਂ ਮਾਰਿਆ, MLA ਨੂੰ ਉਸੇ ਨਹੀਂ ਮਾਰਿਆ। ਨਾ ਗੱਲ ਠੰਡੀ ਨਹੀਂ ਪਈ ਹੈ? ਠੰਡੀ ਕਿੱਥੇ ਪਈ ਆ ਜਨਾਬ, ਜੇ ਠੰਡੀ ਪਈ ਹੁੰਦੀ ਮੈਂ ਕਹਾਂ ਆਉਂਦਾ ਜੀ ਇੱਥੇ। ਸਮਝ ਨਹੀਂ ਆਉਂਦੀ ਗੱਲ ਦੀ। ਜਿਹਦੀ ਇਨਕੁਆਇਰੀ ਹੋਣੀ ਚਾਹੀਦੀ ਆ ਉਦੋਂ ਤਾਂ ਹੁੰਦੀ ਨੀਗੀ, ਜਿਹਦੀ ਨਹੀਂ ਹੋਣੀ ਚਾਹੀਦੀ ਉਹਦੀ ਵੱਧ ਹੁੰਦੀ ਹੈ। ਲੈ ਇਹਨੇ ਕੋਈ ਨਾ ਇੱਕ ਕੰਮ ਵੀ ਨਹੀਂ ਚੰਗਾ ਕਰਿਆ ਸੀਗਾ, ਜਿਹਦੇ ਪਿੱਛੇ ਆ ਇੰਨਾ ਕੁਛ ਹੋ ਜਾਂਦਾ। ਸਮਝ ਨਹੀਂ ਆਉਂਦੀ ਗੱਲ ਦੀ। ਸਹੀ ਗੱਲ ਆ ਤਾਂ ਗੱਲ ਦਾ ਪਤਾ ਲੱਗ ਗਿਆ ਮੈਨੂੰ, ਇਹ ਤਾਂ ਉੱਠਦੇ ਬੈਠੇ ਨੂੰ ਕਹਿੰਦੇ ਕੁੱਤਾ ਵੱਢਣ ਵਾਲੀ ਗੱਲ ਹੋਈ ਪਈ ਆ। ਜਿਹਦੀ ਇਨਕੁਆਇਰੀ ਇੱਥੇ ਅੱਜ ਕੱਲ੍ਹ ਹੋਣੀ ਉਹਦੇ ਹੁੰਦੀ ਨਹੀਂ, ਜਿਹਦੀ ਨਹੀਂ ਹੋਣੀ ਉਹਦੀ ਹੋ ਜਾਂਦੀ। ਦੇਖ ਉਹਨੇ ਇੱਕ ਵੀ ਕੰਮ ਅੱਜ ਦਾ ਨਹੀਂ ਕਰਿਆ, ਜੇ ਕਿਸੇ ਗਰੀਬ ਦਾ ਵੀ ਕੰਮ ਕਰਿਆ ਨਾ ਤਾਂ ਵੀ ਇਹ ਤੋਂ ਬਿਨਾਂ ਨਹੀਂ ਹੋਇਆ। ਇਹ ਤੋਂ ਬਿਨਾਂ ਤਾਂ ਨਹੀਂ ਹੋਇਆ ਜਨਾਬ, ਮੈਂ ਤਾਂ ਵੈਸੇ ਹੀ ਖੜਾ ਸੀ, ਮੈਂ ਬਹਾਨੇ ਦੇ ਨਾਲ ਫੋਨ ਲਾ ਲਿਆ ਜੀ ਕੰਨ ਨਾਲ ਆਏ, ਅਤੇ ਧਿਆਨ ਮੇਰਾ ਉਹਨਾਂ ਵਿੱਚ ਸੀ। ਉਹਦਾ ਕਹਿੰਦੇ ਵੀ ਅਸੀਂ ਪੂਰੀ ਇਨਕੁਆਇਰੀ ਕਰਾ ਕੇ ਹਟਾਂਗੇ, ਹਜੇ ਕੰਮ ਦਵਿਆ ਨਹੀਂ। ਅੱਛਾ ਹਾਂਜੀ, ਮੈਂ ਸਮਝ ਗਿਆ ਸਮਝ ਗਿਆ। ਉਹ ਹੈਗਾ 5-6 MLA, ਉਹ ਸਾਰੇ ਨਾ ਇਕੱਠੇ, ਮੈਨੂੰ ਪਤਾ ਗਾ ਗਰੁੱਪ ਬਣਾਇਆ ਵਾ ਉਹਨਾਂ ਦਾ। ਉਹ ਗਰੁੱਪ ਬਣਾ ਕੇ ਉਹ ਤਾਂ ਜ਼ੋਰ ਦਿਖਾਉਂਦੇ ਆ, ਹੋਰ ਜ਼ੋਰ ਦਿਖਾਉਂਦੇ ਆ ਜੀ, ਰਾਣੀ ਨਾਲ ਉਹਨਾਂ ਦੀ ਵਧੀਆ ਬਣਦੀ ਸੀਗੀ ਜੀ। ਯਾਰ ਕੋਈ ਗੱਲ ਨਹੀਂ, ਮੈਂ ਸਮਝ ਗਿਆ। ਹੁਣ ਮੈਨੂੰ ਕੋਈ ਗੱਲ ਦੱਸਣ ਦੀ ਲੋੜ ਨਹੀਂ, ਮੇਰੀ ਸਾਰੀ ਗੱਲ ਜਿਹੜੀ ਤੂੰ ਕਹਿਣਾ ਚਾਹੁੰਦਾ ਨਾ ਮੇਰੇ ਦਿਮਾਗ 'ਚ ਆ ਗਈ। ਤੂੰ ਬੇਫਿਕਰ ਹੈ, ਕੋਈ ਗੱਲ ਨਹੀਂ। ਜੇ ਉਹ 5-7 ਹੈਗੇ ਆ ਇਕੱਠੇ ਹੋਏ ਵੇ ਮੇਰੇ ਨਾਲ, ਵੀ ਮੇਰਾ ਪਰਮਾਤਮਾ ਹੈਗਾ ਗਾ, ਕੋਈ ਗੱਲ ਨਹੀਂ। ਉਹ ਪਰਮਾਤਮਾ ਤਾਂ ਹੈਗਾ ਜੀ, ਉਹ ਗੱਲ ਮੰਨਦੇ ਹਾਂ, ਪਰਮਾਤਮਾ ਜ਼ਰੂਰ ਹੈਗਾ ਗਾ, ਪਰ ਜੇ ਆਪਾਂ ਆਪਦਾ ਮਾੜਾ ਮੋਟਾ ਹੱਥ ਪੱਲਾ ਹਿਲਾਵਾਂਗੇ, ਪਰਮਾਤਮਾ ਵੀ ਫੇਰ ਹੀ ਆਪਣੀ ਮਦਦ ਕਰੂਗਾ। ਹੱਥ ਹਿਲਾ ਤਾਂ ਆਪਾਂ ਪੂਰੇ ਹਿਲਾਉਣੇ ਆਗੇ, ਉਹ ਤਾਂ ਮੈਂ ਕਸਰ ਛੱਡਦਾ ਨੀਗਾ। ਫਿਰ ਵੀ ਜਿਹੜੀ ਉਹਦੀ ਸਪੋਰਟ ਹੁੰਦੀ ਹੈ ਨਾ, ਜਿਹਨੇ ਬਚਾਉਣਾ ਹੋਵੇ ਬੰਦੇ ਨੂੰ ਹੱਥ ਪਾ ਕੇ ਤਾਂ ਉਹੀ ਬਚਾਊਗਾ। ਆਪਾਂ ਤਾਂ ਇੱਕ ਕੰਮ ਕਰਨ ਵਾਲੇ ਹਾਂ। ਬਿਲਕੁਲ ਜੀ, ਆਸਰਾ ਤਾਂ ਉਸੇ ਭਗਵਾਨ ਦਾ ਹੀ ਹੈ, ਆਸਰਾ ਉਸੇ ਦੀ, ਮੈਂ ਤਾਂ ਉਸੇ ਦੇ ਸਹਾਰੇ ਚੱਲਦਾ, ਧੱਕਾ ਮੈਨੂੰ ਤਾਂ ਉਸੇ ਨੇ ਹੀ ਬਚਾਇਆਗਾ। ਉਹ ਜਨਾਬ ਹੁਣ ਮੇਰਾ ਦਿਮਾਗ ਐਂ ਖਰਾਬ ਹੋਇਆ, ਕਰਾਂ ਤਾਂ ਮੈਂ ਕਰਾਂ ਕੀ? ਤੂੰ ਕੁਛ ਨਹੀਂ ਕਰਨਾ, ਤੈਨੂੰ ਮੈਂ ਉਦੋਂ ਵੀ ਗੱਲ ਕਿਹਾ ਸੀਗਾ ਵੀ ਅੱਜ ਜਿਹੜੀ ਤੇਰੀ ਵਰਦੀ ਪਾਈ ਹੈ ਨਾ, ਇਹਦੀ ਹਵਾ ਬੰਨੀ ਨੂੰ ਕੋਈ ਚਾਹ ਸਕਦਾ। ਇਹ ਗੱਲ ਮੈਂ ਤੈਨੂੰ ਅੱਜ ਵੀ ਕਹਿਣਾ ਗਾ, ਜੇ ਤੇਰੇ 'ਤੇ ਗੱਲ ਆਊਗੀ ਐਂ ਸਮਝ ਲਈ ਪਹਿਲਾਂ ਮੇਰੇ 'ਤੇ ਆ ਗਈ। ਹੋਰ ਉਹ ਜਨਾਬ ਜੀ, ਇਹ ਗੱਲਾਂ ਮੈਂ ਆਉਣ ਤੁਹਾਡੇ 'ਤੇ ਵੀ ਨਹੀਂ ਦਿੰਦਾ ਕੁਛ, ਇਹ ਜ਼ਿੰਮੇਵਾਰੀ ਮੇਰੀ ਹੈ ਬਸ, ਵੀ ਤੇਰੀ ਹਵਾ ਬੰਨੀ ਨਹੀਂ ਕੋਈ ਚੱਕ ਦਿੰਦਾ।
ਹੋਰ ਇਦੋਂ ਪੁੱਛ, ਭਾਵੇਂ ਲਿਖ ਕੇ ਲੈ ਲਾ, ਹੋਰ ਦੱਸ। ਉਹ ਲਿਖਣ ਨੂੰ ਜਨਾਬ ਨੂੰ ਵਿਸ਼ਵਾਸ ਆ ਹੁਣ ਮੈਨੂੰ ਤੁਹਾਡੇ ਤੇ, ਐਡੀ ਕੀ ਗੱਲ ਹੈ। ਪਰ ਫਿਰ ਵੀ ਮੈਨੂੰ ਐਂ ਲੱਗਦਾ ਰਹਿੰਦਾ ਵੀ ਤੁਸੀਂ ਮਾੜਾ ਜਿਹਾ ਆਪਦਾ ਬਚਾ ਰੱਖੋ। ਕੋਈ ਗੱਲ ਨਹੀਂ, ਤੂੰ ਬਚਾ ਕਹਿਣਾ ਬਚਾ ਮੈਂ ਰੱਖ ਲੂੰਗਾ, ਉਹ ਕੋਈ ਚੱਕਰ ਵਾਲੀ ਗੱਲ ਨਹੀਂ। ਪਰ ਆਹ ਗੱਲ ਕਿਤੇ ਦਿਮਾਗ 'ਚ ਵੀ ਨਾ ਲਿਆਈ ਵੀ ਆਪਾਂ MLA ਨੂੰ ਆਹੋ ਕਰੀ ਜਾਂਦੇ ਵੀ ਕੱਲ੍ਹ ਨੂੰ ਮੇਰੇ 'ਤੇ 1% ਵੀ ਨਹੀਂ ਆਉਂਦੀ। ਉਹ ਨਹੀਂ ਜਨਾਬ, ਮੈਨੂੰ ਭਰੋਸਾ ਤੁਹਾਡੇ 'ਤੇ ਇਹੋ ਜਿਹੀ ਗੱਲ ਨਹੀਂ ਹੈਗੀ। ਜੇ ਤੁਹਾਡੇ ਨਾਲ ਲਗਾ ਹੈਗਾ ਕੋਈ, ਮੈਨੂੰ ਤੁਹਾਡਾ ਮੈਨੂੰ ਕੋਈ ਫਿਕਰ ਹੈ, ਉਹ ਤਾਹੀਓ ਮੈਂ ਤੁਹਾਡੇ ਕੋਲ ਆਇਆ। ਆਹ ਹੁਣ ਫੋਨ ਪਤਾ ਨਹੀਂ ਕਿਹਦਾ ਵਿੱਚ ਆਈ ਜਾਂਦਾ ਜੀ, ਤੁਸੀਂ ਫੇਰ ਹੀ ਗੱਲ ਕਰ ਲਿਓ ਜੀ ਹੁਣ। ਹੈਲੋ, ਹਾਂਜੀ ਹਾਂਜੀ, ਉਹ ਚੇਤਨ ਸਿੰਘ ਤਾਂ ਮੇਰੇ ਕੋਲ ਹੀ ਬੈਠਾ ਹੈਗਾ। ਠੀਕ ਹੈ ਠੀਕ ਹੈ, ਚਲੋ ਕੋਈ ਗੱਲ ਨਹੀਂ, ਤੁਸੀਂ ਰੱਖੋ ਆਪਣਾ ਧਿਆਨ। ਇਹ ਵੀ ਆਪਣੇ ਖਾਸ ਬੰਦੇ ਦਾ ਸੀਗਾ। ਅੱਛਾ ਜੀ, ਉਹ ਜਨਾਬ ਤੁਸੀਂ ਆਏ ਕਾਹਨੂੰ ਦੱਸਤਾ ਵੀ ਚਾਦਰ ਸਿੰਘ ਇੱਥੇ ਬੈਠਾ? ਨਹੀਂ ਨਹੀਂ, ਇਹ ਆਪਣੇ ਬੰਦੇ ਆ। ਅੱਛਾ ਜੀ, ਠੀਕ ਹੈ। ਆਪਣੇ ਬੰਦੇ ਜਿਹੜੇ ਬਾਹਰ ਛੱਡੇ ਹੋਏ ਨੇ ਖਬਰੀ, ਉਹਨਾਂ ਦਾ ਸੀਗਾ। ਅੱਛਾ, ਕਹਿੰਦੇ ਜੀ ਬਾਹਰੋਂ ਅੱਜ ਬੰਦੇ ਆਏ ਹੋਏ ਆ, ਉਹ ਸਿਵਲ 'ਚ ਤੁਰੇ ਫਿਰਦੇ ਹੈਗੇ। ਉਹ ਕਿਤੇ ਮੇਰੇ ਤੇ ਤਾਂ ਨਹੀਂ ਸ਼ੱਕ ਹੋ ਗਿਆ ਜੀ ਉਹਨਾਂ ਨੂੰ? ਨਹੀਂ ਨਹੀਂ, ਤੇਰੇ 'ਤੇ ਨਹੀਂ ਹੁੰਦਾ, ਉਹ ਅੰਦਰੋਂ ਅੰਦਰ ਹੀ ਇਨਕੁਆਇਰੀ ਲਈ ਜਾਂਦੇ ਵੀ ਕੀ ਹੋਇਆ, ਵਰਦੀ ਪਾ ਕੇ ਨਹੀਂ ਆਏ। ਤੇਰੇ 'ਤੇ ਕਹਿੰਦਾ ਸ਼ੱਕ ਆ, ਤੂੰ ਮੈਂ ਡਰੀ ਜਾਂ, ਜਦੋਂ ਮੈਂ ਕਹਿੰਦਾ ਤੈਨੂੰ, ਤੂੰ ਤਾਂ ਦਿਮਾਗ 'ਚ ਗੱਲ ਵੀ ਨਾ ਲਿਆ ਆਪਦੀ। ਉਹ ਜਨਾਬ ਆਪਾਂ ਡਰਨ ਵਾਲੇ ਤਾਂ ਨਹੀਂ ਹੈਗੇ। ਬਸ ਫਿਰ ਹੁਣ ਇੱਕ ਗੱਲ ਹੋਰ ਦੱਸੋ ਮੈਨੂੰ, ਕਹਿੰਦੇ ਇਨਕੁਆਇਰੀ ਸਾਰਿਆਂ ਦੀ ਕਰ, ਸਾਰਿਆਂ ਨੂੰ ਚੱਕ ਕੇ ਥਾਣੇ ਲਿਆ ਕੇ। ਚੱਲ ਕੋਈ ਗੱਲ ਨਹੀਂ, ਤੂੰ ਕਹਿੰਦੀ ਮੈਂ ਸਾਰਿਆਂ ਨੇ ਲੈ ਲਈ ਸਾਈਨ, ਆ ਗਏ ਸਾਈਨ, ਮੈਂ ਸਾਰਿਆਂ ਬੰਦਿਆਂ ਤੋਂ ਕਰਵਾ ਦੂੰਗਾ, ਹੋਰ ਦੱਸ। ਠੀਕ ਹੈ, ਕਹਿੰਦੇ ਜੀ ਇਨਕੁਆਇਰੀ ਹੋ ਗਈ, ਬਸ ਇਨਕੁਆਇਰੀ ਤਾਂ ਤੁਸੀਂ ਲੈਣੀ ਹੈ ਨਾ। ਬਸ ਜੀ, ਕਹਿੰਦੇ ਹੋ ਗਈ ਸਾਈਨ, ਆ ਤੂੰ ਫਾਈਲ ਲੈ ਮੇਰੇ ਕੋਲ, ਮੈਂ ਸਾਰਿਆਂ ਨੂੰ ਸਾਈਨ ਕਰਾਉਂਦੀ, ਇੱਕ ਕਿਹੜਾ ਹੋਰ ਮਾਰ ਦੀ। ਉਹ ਜਨਾਬ ਰਹਿਣ ਦਿਓ, ਜੇ ਮੈਂ ਦੂਜੀ ਫਾਈਲ ਲੈ ਆ ਚੱਕ ਕੇ ਫਿਰ ਤੁਸੀਂ ਪਾੜ ਦੇਣੀ ਹੈ। ਉਹ ਚੱਲ ਹੁਣ ਨਹੀਂ ਪਾੜਦਾ, ਮੈਂ ਸਾਈਨ ਕਰਵਾ ਦੂੰ। ਹਾਂ ਸਾਈਨ ਕਰਵਾ ਦਿਓ, ਕਿਉਂਕਿ ਇਹ ਮੇਰੀ ਮੇਰਾ ਫਰਜ਼ ਬਣਦਾ ਜੀ। ਮੈਂ ਕਰਵਾ ਕੇ ਦਿਉਂ, ਜੇ ਫਰਜ਼ ਬਣਦਾ ਮੈਨੂੰ ਵੀ ਪਤਾ ਹੈਗਾ, ਕੋਈ ਗੱਲ ਨਹੀਂ, ਉਹ ਮੈਂ ਕੰਮ ਮੈਂ ਕਰਵਾ ਦੂੰ, ਸਾਰਿਆਂ ਨੇ ਸਾਈਨ ਕਰਾ ਦੂੰ, ਵੀ ਇਨਕੁਆਇਰੀ ਹੋ ਗਈ। ਠੀਕ ਹੈ ਠੀਕ ਹੈ ਜੀ। ਹਾਂ ਵੀ ਕੋਈ ਬੰਦੇ ਨਹੀਂ, ਸਾਰੇ ਬਾਹਰ ਸੀ, ਵੀ ਨਿਆਲੇ ਮੀਟਿੰਗ ਚੱਲੀ ਜਾਂਦੀ ਸੀਗੀ। ਕੱਲ੍ਹ ਨੂੰ ਤੈਨੂੰ ਪੁੱਛ ਮੈਂ ਗੱਲ ਦੱਸ ਵੀ ਦਿੰਦਾ ਵੀ ਉਸ ਟਾਈਮ ਨਿਆਲੇ ਵਾਲੀ ਮੀਟਿੰਗ ਚੱਲੀ ਜਾਂਦੀ ਸੀਗੀ, ਸੋਨੀ MLA ਦੇ ਨਾਲ ਸੀ ਉੱਥੇ, ਬਸ ਆਹ ਗੱਲ ਰੱਖਣੀ ਆ, ਹੋਰ ਉਸ ਤੋਂ ਬਾਅਦ ਗੱਲ ਕੋਈ ਨਹੀਂ ਰੱਖਣੀ। ਬਸ ਗੱਲ ਤਾਂ ਮੈਂ ਇਹੀ ਰੱਖੂੰਗਾ ਜੀ, ਹੁਣ ਮੈਂ ਸੋਨੀ ਦੇ ਕਰਕੇ ਆਇਆ। ਹੁਣ ਤੂੰ ਫਾਈਲ ਤਿਆਰ ਕਰ, ਆ ਵੀ ਜਿਹੜੀ ਮੀਟਿੰਗ ਚੱਲੀ ਜਾਂਦੀ ਸੀ ਨਿਆਲੇ ਵਾਲੀ ਚੱਲੀ ਜਾਂਦੀ ਸੀ, ਸੋਨੀ ਉਸ ਟਾਈਮ ਆ MLA ਦੇ ਕੋਲ ਸੀਗੀ, ਬਸ ਆ ਇਸ ਰੋਡ 'ਤੇ ਤਿਆਰ ਕਰ ਲਾ। ਅਤੇ ਹੋਰ ਮਾਮੀ ਦੀ ਇਨਕੁਆਇਰੀ ਨੂੰ ਕਹਿੰਦੇ ਸੀਗੇ, ਉਹ ਆ ਪਠਾਣੇ ਭੇਜਣੀ ਨਹੀਂ, ਠੀਕ ਹੈ ਠੀਕ ਹੈ। ਉਹਦੇ ਆਪਾਂ ਕਹਿੰਦੇ ਜੀ ਥਾਣੇ 'ਚ ਬਾਕੀ ਜੀ ਇਨਕੁਆਇਰੀ ਹੋ ਗਈ ਬਾਅਦ ਦੀ, ਪਰ ਉਹਦੇ ਸਾਈਨ ਕਰਾ ਦਿਓ। ਉਹ ਕਹੀ ਜਾਂਦੇ ਨੇ ਲੋਕ, ਕਹਿੰਦੇ ਮਾਮੀ ਨੂੰ ਹਾਜ਼ਰ ਕਰੋ, ਮਾਮੀ ਨੂੰ ਹਾਜ਼ਰ ਕਰੋ, ਉਹਦਾ ਚਿਹਰਾ ਤਾਂ ਦਿਖਾ ਦਿਓ। ਠੀਕ ਹੈ, ਕੋਈ ਗੱਲ ਨਹੀਂ, ਤੁਸੀਂ ਕਿਹਾ ਉਹ ਕਰੋ ਸਾਈਨ ਕਰੋ, ਕਹਿੰਦੇ ਇਨਕੁਆਇਰੀ ਲੈ ਲਈ ਸੀ, ਅੱਡ ਲੈਤੀ ਆਪਦੇ ਹਿਸਾਬ ਨਾਲ ਲੈਤੀ ਹੈ, ਬਸ ਕਿਸੇ ਬੰਦੇ ਨੂੰ ਮੂਹਰੇ ਕਰਨਾ ਹੁੰਦਾ, ਕਿਸੇ ਨੂੰ ਨਹੀਂ ਕਰਨਾ ਹੁੰਦਾ, ਚੁੱਪ ਕਰਕੇ ਬਸ ਸਾਰਾ ਕੁਝ ਹੋ ਜੂ। ਆ ਕਰਨ ਤੁਹਾਡੇ ਰਿਸ਼ਤੇਦਾਰ ਨੇ, ਵੱਡੀ ਗੱਲ ਤਾਂ ਆ ਗਈ ਨਾ। ਬਿਲਕੁਲ ਜੀ ਬਿਲਕੁਲ, ਹੋਰ ਨਹੀਂ ਕੋਈ ਗੱਲ, ਮੈਨੂੰ ਤਾਂ ਆਪਾਂ ਮੂਹਰੇ ਵੀ ਕਰ ਦਿੰਦੇ, ਬੜਾ ਕੁਝ ਤੈਨੂੰ ਪਤਾ ਸੋਚਣਾ ਪੈਂਦਾ ਗਾ। ਚੱਲ ਸੋਨੀ ਦਾ ਆਇਆ ਗਾ, ਹੁਣ ਕੰਮ ਥੋੜ੍ਹਾ ਜਿਹਾ ਵੱਡਾ ਸੀਗਾ ਤਾਂ ਕਰਕੇ ਇਹਨੂੰ ਆਪਾਂ ਉਹ ਕਰਨਾ ਪੈਂਦਾ, ਸਮਝ। ਵੱਡਾ ਤਾਂ ਹੋਣਾ ਹੀ MLA ਸਾਹਿਬ, ਤੁਹਾਡੀ ਸਾਲੀ ਜੋ ਹੋਈ। ਬਸ ਠੀਕ ਹੈ, ਚਲੋ ਕੋਈ ਗੱਲ ਨਹੀਂ, ਮੈਂ ਤੁਹਾਨੂੰ ਐਂ ਕਹਿਣਾਗਾ, ਆਹ ਰਾਣੀ ਮੈਡਮ ਨਾ ਮੇਰੇ ਸਿਰ ਤੇ ਬੈਠੀ ਰਹਿੰਦੀ ਹੈ ਸਾਰਾ ਦਿਨ, ਐਂ ਨਹੀਂ ਕਰਦਾ ਚਤਰ ਸਿੰਘ, ਐਂ ਨਹੀਂ ਕਰਦਾ। ਕੋਈ ਬੇਫਿਕਰ ਹੈ, ਅੱਜ ਆਉਣਾ ਮੈਂ ਥਾਣੇ 'ਚ, ਖਿੱਚ ਦੂੰਗਾ, ਕੋਈ ਗੱਲ ਨਹੀਂ, ਬੇਫਿਕਰ ਹੈ। ਬਾਕੀ ਗੱਲ ਠੀਕ ਹੈ, ਮੈਂ ਦੁਬਾਰੇ ਤੁਹਾਨੂੰ ਫੇਰ ਕਹਿਣਾਗਾ, ਤੁਸੀਂ ਆਪਦਾ ਧਿਆਨ ਰੱਖਿਓ। ਬਸ ਠੀਕ ਹੈ ਠੀਕ ਹੈ, ਕੋਈ ਗੱਲ ਨਹੀਂ, ਠੀਕ ਹੈ, ਸਤਿ ਸ਼੍ਰੀ ਅਕਾਲ ਜਨਾਬ। ਸਤਿ ਸ਼੍ਰੀ ਅਕਾਲ ਜੀ। ਮੇਰੇ ਕੋਲ ਇੰਨੇ ਬੰਦੇ ਆ ਵਗ ਗਏ, ਪੁਲਿਸ ਮੁਲਾਜ਼ਮੇ ਵੀ ਆ ਕੇ ਵਗ ਗਏ, ਕਿਸੇ ਨੇ ਮੈਨੂੰ ਅੱਜ ਤੱਕ ਐਂ ਨਹੀਂ ਰੱਖ ਕਿਹਾ ਵੀ ਤੂੰ ਆਪਦਾ ਧਿਆਨ ਰੱਖੀ। ਇਹਨੇ ਮੈਨੂੰ, ਮੇਰੇ ਕੋਲ 5 ਮਿੰਟ ਬੈਠਾ, 5 ਮਿੰਟਾਂ 'ਚ ਮੈਨੂੰ ਹਜ਼ਾਰਾਂ ਵਾਰੀ ਕਹਿ ਗਿਆ ਧਿਆਨ ਰੱਖੀ। ਇਹਨੇ ਕੁਛ ਦੇਖਿਆ ਹੋਊਗਾ, ਕੋਈ ਗੱਲ ਹੈਗੀ ਹੈ, ਜਿਹੜਾ ਮੈਨੂੰ ਦੱਸ ਰਿਹਾ ਤਾਂ ਦੱਸ ਸਕਦਾ ਨਹੀਂ। ਕੋਈ ਗੱਲ ਨਹੀਂ, ਕੋਈ ਨਾ ਕੋਈ ਤਾਂ ਕੋਈ ਵਜ੍ਹਾ ਹੈਗੀ ਹੈ, ਚੱਲ ਕੋਈ ਗੱਲ ਨਹੀਂ।
ਇਹ ਤਾਂ ਕਹਿੰਦਾ ਸੀ ਨਾ ਕੋਈ ਨਹੀਂ, ਆਪ ਨੂੰ ਹੱਥ ਪੱਲਾ ਹਿਲਾਉਣਾ ਪੈਂਦਾ, ਪਰਮਾਤਮਾ ਫੇਰ ਹੀ ਹੈ, ਮੈਂ ਤਾਂ ਹੱਥ ਪੱਲਾ ਵੀ ਨਹੀਂ ਹਿਲਾਉਂਦਾ, ਮੇਰਾ ਤਾਂ ਪਰਮਾਤਮਾ ਮੇਰੇ ਨਾਲ ਹੀ ਹੈ, ਜਿਹਨੇ ਕੁਛ ਕਰਨਾ ਕਰ ਲਏ, ਕੋਈ ਗੱਲ ਨਹੀਂ, ਕਿਉਂ ਮੇਰਾ ਤਾਂ ਜਿਹੜਾ ਵਿਸ਼ਵਾਸ ਆ ਉਸੇ 'ਤੇ ਹੀ ਹੈ ਬਸ, ਮੇਰਾ ਤਾਂ ਸਾਰਾ ਕੁਛ ਕਰਤਾ ਧਰਤਾ ਉਹੀ ਆ, ਅਤੇ ਮੇਰੇ ਤਾਂ ਵਕੀਲ ਵੀ ਉਹੀ ਹੈ ਬਸ, ਜਿਹੜਾ ਕੁਛ ਕਰਨਾ ਉਹਨਾਂ ਨੇ ਕਰ ਲੈਣਗੇ ਬਸ। ਅੱਜ ਵੀ ਲੇਟ ਆ ਇਹ ਚਤਰ ਸਿੰਘ ਜੰਡਾਲ, ਪਤਾ ਨਹੀਂ ਕੋਈ ਕੰਮ ਕਰਦਾ ਜਾਂ ਇਹ ਵੀ ਬਸ ਹੁਣ ਸਾਡੇ ਵੱਲ ਧਿਆਨ ਦੇਣਾ ਨਹੀਂ ਛੱਡ ਹੀ ਰੱਖਿਆ। ਜੈ ਹਿੰਦ ਮੈਡਮ ਜੀ। ਜੈ ਹਿੰਦ ਜੈ ਹਿੰਦ। ਕੀ ਗੱਲ ਲੇਟ ਹੋ ਤੁਸੀਂ? ਉਹ ਲੇਟ ਮੈਡਮ ਜੀ, ਕੱਲ੍ਹ ਥੋੜ੍ਹਾ ਜਿਹਾ ਕੰਮ ਸੀਗਾ ਤਾਂ ਕਰਕੇ। ਹਾਂ ਮੈਨੂੰ ਪਤਾ, ਕੱਲ੍ਹ ਤਾਂ ਤੁਸੀਂ ਕੰਮ 'ਤੇ ਸੀਗੇ। ਇਹ ਨਹੀਂ ਪੁੱਛੋਗੇ ਵੀ ਕੀ ਕੰਮ ਕਰਦੇ ਸੀ? ਅੱਛਾ ਹੁਣ ਤੁਸੀਂ ਦੱਸਣਾ ਨਹੀਂ, ਮੈਂ ਪੁੱਛਿਆ ਕਰਾਂ ਤੁਹਾਨੂੰ ਵੀ ਤੁਸੀਂ ਕੀ ਕੰਮ ਕਰਦੇ ਸੀ। ਮੈਂ ਕਹਿੰਦਾ ਦੱਸੂਗਾ, ਮੇਰੀ ਫਾਈਲ ਦੱਸੂਗੀ ਜੀ, ਆ ਦੇਖੋ। ਚਤਰ ਸਿੰਘ ਚੰਡਾਲ ਆ ਕੀ? ਇਹ ਤਾਂ ਐਂ ਆ ਫਿਰ ਮੈਡਮ ਜੀ, ਤੁਹਾਨੂੰ ਤਾਂ ਐਂ ਲੈਂਦਾ ਵੀ ਚੰਡਾਲ ਕੰਮ ਹੀ ਨਹੀਂ ਕਰਦਾ, ਕੰਮ ਹੀ ਨਹੀਂ ਕਰਦਾ। ਕੰਮ ਮੇਰਾ ਬੋਲ ਰਿਹਾ ਕਿ ਨਾ ਬੋਲ ਰਿਹਾ? ਕੰਮ ਦੀ ਗੱਲ ਨਹੀਂ ਕਰਦੀ ਆ, ਸੋਨੀ ਦੀ ਫਾਈਲ ਬੰਦ ਕੀਤੀ ਸੀ, ਦੁਬਾਰਾ ਕਿਉਂ ਓਪਨ ਹੈ? ਇਹ ਤਾਂ ਓਪਨ ਹੋ ਕੀ ਰਹੂ ਮੈਡਮ ਜੀ, ਬਹਿ ਕੇ ਦੱਸੋ ਮੈਨੂੰ ਤੁਸੀਂ। ਇਹ ਗੱਲ ਇਹ ਆ ਮੈਡਮ ਜੀ, ਜਦੋਂ ਕੱਲ੍ਹ ਉੱਥੇ ਧਰਨਾ ਲੱਗਿਆ ਪਿਆ ਸੀ, ਮੈਂ ਸਿਵਲ ਕੱਪੜਿਆਂ ਦੇ ਵਿੱਚ ਸਾਰੀ ਇਨਕੁਆਇਰੀ ਕਰ ਰਿਹਾ ਸੀ। ਗੁੱਡ ਗੁੱਡ। ਅਤੇ ਉੱਥੇ ਕੀ ਉਹ ਸੋਨੀ ਦੀ ਗੱਲ ਤਾਂ ਹਜੇ ਤੱਕ ਠੰਡੂ ਹੀ ਨਹੀਂ ਹੋਈ ਮੈਡਮ ਜੀ। ਇੱਕ ਗੱਲ ਤਾਂ ਹੈ ਚਤਰ ਸਿੰਘ ਚੰਡਾਲ ਜੀ, ਵੀ ਬਿਨਾਂ ਅੱਗ ਤੋਂ ਧੂੰਆਂ ਨਹੀਂ ਉੱਠਦਾ। ਮੈਨੂੰ ਤਾਂ ਹੁਣ ਬਹੁਤ ਹੀ ਟੈਨਸ਼ਨ ਵਾਲੀ ਗੱਲ ਹੋਈ ਲੱਗਦੀ ਹੈ ਵੀ ਕਿਤੇ ਸੱਚੀ ਮੁੱਚੀ ਨਾ ਸੋਨੀ ਨੇ ਇਹ ਕੰਮ ਕਰ ਹੀ ਦਿੱਤਾ ਹੋਵੇ। ਹੋ ਮੈਡਮ ਜੀ, ਤੁਸੀਂ ਘਬਰਾਓ ਨਾ, ਆਪਣਾ ਅੱਧਾ ਬੋਝ ਹਲਕਾ ਹੋ ਗਿਆ। ਉਹ ਕਿਵੇਂ? ਉਹਦੇ ਮਗਰ CID ਵਾਲੇ ਫਿਰਦੇ ਨਹੀਂ, CID ਵਾਲੇ ਮਗਰ। ਦੇਖ ਚਤਰ ਸਿੰਘ ਜੰਡਾਲ, ਮੈਂ ਜੇ ਕਾਨੂੰਨ ਨੂੰ ਮੰਨਦੀ ਹਾਂ, ਕਾਨੂੰਨ ਪ੍ਰਤੀ ਇਮਾਨਦਾਰ ਹੈ, ਤਾਂ ਮੈਂ MLA ਪ੍ਰਤੀ ਵੀ ਇਮਾਨਦਾਰ ਹੈ, ਕਿਉਂਕਿ ਉਹਨਾਂ ਨੇ ਮੇਰੇ 'ਤੇ ਬਹੁਤ ਅਹਿਸਾਨ ਕੀਤੇ ਹੈ। ਮੈਂ ਨਹੀਂ ਚਾਹੁੰਦੀ ਕਿ ਸੋਨੀ ਦੇ ਚੱਕਰ 'ਚ MLA ਸਾਹਿਬ ਦੀ ਸਾਰੀ ਫੈਮਿਲੀ ਵੀ ਪੁੱਛਗਿੱਛ ਦੇ ਘੇਰੇ 'ਚ ਆ ਜਾਵੇ। ਓ ਮੈਡਮ ਜੀ, ਤੁਸੀਂ ਮਾੜੀ ਜੀ ਗੱਲ ਨਾ ਕੁੱਡੀ ਮੁੱਡੀ ਵਧਾ ਕੇ ਲੈ ਜਾਂਦੇ, ਐਂ ਨਹੀਂ ਘੇਰੇ 'ਚ ਆਉਂਦੇ। ਜੇਕਰ ਆ ਵੀ ਜਾਣਗੇ ਆਪਾਂ ਪੁੱਛਗਿੱਛ ਕਰ ਲਾਂਗੇ। ਆਪਾਂ ਨਹੀਂ ਕਰ ਲਾਂਗੇ, ਜੇ CID ਸਟਾਫ ਦੇ ਹੱਥ 'ਚ ਵੱਗ ਗਿਆ ਕੇਸ, ਆਪਾਂ ਕੁਛ ਵੀ ਨਹੀਂ ਕਰਨ ਜੋਗੇ। ਫਿਰ ਬੈਠੇ ਮੱਖੀਆਂ ਮਾਰੋ ਮੈਡਮ ਜੀ, ਮੱਖੀਆਂ ਮਾਰੋ ਇੱਥੇ ਬਹਿ ਕੇ। ਨਾ ਨਾ ਮੈਨੂੰ ਕੰਮ ਕਰਨ ਦਿੰਦੇ, ਨਾ ਤੁਸੀਂ ਆਪ ਕਰਦੇ ਹੋ, ਟੈਨਸ਼ਨ ਲੈ ਕੇ ਬਹਿ ਜਾਂਦੇ ਹੋ ਜੀ। ਮੱਖੀਆਂ ਮਾਰਨ ਵਾਲੀ ਗੱਲ ਨਹੀਂ, ਨਾਲੇ ਹਾਂ ਜਵਾਨ ਨਹੀਂ ਲੜਾਉਣੀ ਮੇਰੇ ਨਾਲ, ਸੋਨੀ ਨੂੰ ਬੁਲਾ ਕਰਦੇ ਹੋ ਕੋਈ ਹੱਲ? ਉਹ ਮੈਡਮ ਜੀ ਮੈਂ ਜਵਾਨ ਥੋੜ੍ਹੀ ਲੜਾਉਣਾ ਜੀ, ਤੁਸੀਂ ਤਾਂ ਮਾੜੇ ਜੀ ਨਾਲ ਹੀ ਗੁੱਸੇ ਹੋ ਜਾਂਦੇ ਹੋ ਜੀ। ਠੀਕ ਹੈ ਆਪਣੇ ਕੰਮ ਨਾਲ ਮਤਲਬ ਰੱਖੋ, ਬੁਲਾਓ ਸੋਨੀ ਨੂੰ। ਸੋਨੀ ਮੇਰੇ ਨਾਲ ਹੀ ਆਈ ਆ ਜੀ, ਬਾਹਰ ਖੜੀ ਆ ਮਲੇ ਹੁਣ। ਲੈ ਕੇ ਆਓ ਫਿਰ। ਕਿੱਥੇ ਰਹਿ ਗਿਆ ਚਤਰ ਸਿੰਘ ਜੰਡਾਲ? ਆ ਲਓ ਜੀ। ਸਤਿ ਸ਼੍ਰੀ ਅਕਾਲ ਸੋਨੀ। ਸਤਿ ਸ਼੍ਰੀ ਅਕਾਲ ਸੋਨੀ, ਮੈਨੂੰ ਤਾਂ ਬਹੁਤ ਦੁੱਖ ਹੁੰਦਾ ਵੀ ਮੈਂ ਫਾਈਲ ਬੰਦ ਕਰਤੀ ਸੀ ਤੇ ਫਾਈਲ ਤੇਰੀ ਫੇਰ ਓਪਨ ਹੋ ਗਈ ਹੈ। ਮੇਰੀ ਫਾਈਲ ਜੀ? ਹਾਂ। ਕਿਹਨੇ ਓਪਨ ਕੀਤੀ ਹੈ ਜੀ ਦੁਬਾਰਾ? CID ਆਫੀਸਰ ਵਾਲਿਆਂ ਨੇ, CID ਆਫੀਸਰ ਨੇ ਨਾ, ਉਹਨਾਂ ਨੇ ਚੱਕੀ ਤੁਹਾਡੀ ਫਾਈਲ। ਹਾਂਜੀ ਹੁਣ ਦੱਸੋ। ਹੁਣ ਦੱਸਣ ਪੁੱਛਣ ਨੂੰ ਕੁਛ ਨਹੀਂ ਰਿਹਾ ਸੋਨੀ, ਠੀਕ ਹੈ? ਤੇ ਤੁਹਾਡਾ ਫਾਈਲ ਦੁਬਾਰਾ ਤਿਆਰ ਹੋਈ ਹੈ ਤੇ CID ਵਾਲਿਆਂ ਨੇ ਪੂਰੀ ਇਨਕੁਆਇਰੀ ਲਾ ਕੇ ਕੀਤੀ ਹੈ। ਮੈਨੂੰ ਤਾਂ ਹੁਣ ਉਦੋਂ ਹੀ ਜ਼ਿਆਦਾ ਸਟ੍ਰੈਸ ਵੱਧ ਗਿਆ ਵੀ ਮੈਂ ਜੇ ਨਾਲੇ ਇਹ ਤਾਂ ਤੁਸੀਂ ਕੇਸ ਬੰਦ ਹੀ ਕਰਤਾ ਸੀ ਤੇ ਫਿਰ ਦੁਬਾਰੇ ਕਿਵੇਂ? ਬੰਦ ਤਾਂ ਕਰਤਾ ਸੀ ਸੋਨੀ, ਇੱਕ ਵਾਰੀ ਦੁਬਾਰੇ ਫੇਰ ਖੁੱਲ ਗਿਆ।
ਐ ਕਿਵੇਂ ਖੁੱਲ ਗਿਆ? ਜੇ ਤੁਸੀਂ ਪ੍ਰੂਫ ਛੱਡੇ ਹੋਣਗੇ ਕੋਈ ਫਾਈਲ ਫੂਲ ਤਿਆਰ ਕਰਕੇ ਫੇਰ ਹੀ ਆ ਨਾ। ਮੜਾ ਸੁਣਿਆ ਪ੍ਰੂਫ ਕੌਣ ਛੱਡ ਗਿਆ ਸੀ? ਜਦੋਂ ਸਾਰਾ ਕੁਝ ਤੁਹਾਡੇ ਸਾਹਮਣੇ ਹੋਇਆ ਮੈਡਮ ਜੀ, ਸਾਰਾ ਕੁਝ ਤੁਹਾਡੇ ਸਾਹਮਣੇ ਹੋਇਆ। ਲੋਕ ਮੈਨੂੰ ਐ ਕਹਿੰਦੇ ਨੇ ਕਿ ਤੂੰ ਸੋਨੀ ਤੇ ਰੋਹ ਮਾਰਦਾ। ਆ ਦੇਖੋ ਇਹ ਦੁਬਾਰੇ ਕਿਵੇਂ ਹੋ ਸਕਦਾ? ਐਮਐਲਏ ਸਾਹਿਬ ਤਾਂ ਬੰਦ ਕਰਵਾ ਕੇ ਗਏ ਸੀ। ਇਹ ਹੋ ਗਿਆ ਜੀ ਮੈਡਮ ਜੀ, ਹੋ ਗਿਆ ਦੁਬਾਰੇ। ਸੋਨੀ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ, ਇਹ ਤਾਂ ਹੁਣ ਸੀਆਈਡੀ ਆਫੀਸਰ ਹੀ ਤੇਰੇ ਨਾਲ ਗੱਲ ਕਰਨਗੇ, ਠੀਕ ਹੈ ਸੀਆਈਡੀ ਸਟਾਫ ਵਾਲੇ। ਪਰ ਮੈਂ ਇੱਕ ਗੱਲ ਤੈਨੂੰ ਦੱਸਦੀ ਸੋਨੀ, ਵੀ ਤੂੰ ਕਤਲ ਕੀਤਾ ਜਾਂ ਨਹੀਂ ਕੀਤਾ ਇਹ ਤਾਂ ਪਰਮਾਤਮਾ ਜਾਣਦਾ, ਪਰ ਜੇ ਕੋਈ ਤੇਰੀ ਗੱਲ ਨਿਕਲਈ ਫਿਰ ਐਮਐਲਏ ਸਾਹਿਬ ਵੀ ਤੇ ਸਾਰਾ ਫੈਮਿਲੀ ਉਹਨਾਂ ਨੂੰ ਸਾਰਿਆਂ ਨੂੰ ਕਰੀ ਦੇ ਘੇਰੇ 'ਚ ਆਉਣਾ ਪਊਗਾ। ਮੈਂ ਨਹੀਂ ਸੀ ਚਾਹੁੰਦੀ, ਕਿਉਂਕਿ ਉਹਨਾਂ ਦੇ ਬਹੁਤ ਅਹਿਸਾਨ ਹੈ ਮੇਰੇ ਤੇ, ਮੈਂ ਨਹੀਂ ਸੀ ਚਾਹੁੰਦੀ ਐਮਐਲਏ ਸਾਹਿਬ ਹੁਣ ਜਾਂ ਉਹਨਾਂ ਦਾ ਪਰਿਵਾਰ ਆਵੇ ਜਾਂ ਇੱਥੇ ਇਨਕੁਆਰੀ। ਜੇ ਤੁਸੀਂ ਨਹੀਂ ਚਾਹੁੰਦੇ ਸੀ ਤਾਂ ਫਿਰ ਤੁਸੀਂ ਮੇਰੇ ਤੇ ਕਿਉਂ ਇੰਨਾ ਜ਼ਿਆਦਾ ਉਹ ਕਰਦੇ ਹੋ? ਅਸੀਂ ਜਿਹੜੇ ਥਾਣੇ ਵਾਲੇ ਨਾ, ਸਾਡਾ ਦਾਇਰਾ ਇੱਥੋਂ ਤੱਕ ਹੀ ਹੈ, ਇੱਥੋਂ ਤੱਕ ਸਾਡੀ ਚੱਲਦੀ ਸੀ, ਅਸੀਂ ਫਾਈਲ ਬੰਦ ਕਰਤੀ ਸੀ, ਪਰ ਹੁਣ ਨਹੀਂ ਹੋਣੀ ਇਹ ਫਾਈਲ ਬੰਦ। ਉਹ ਮੈਡਮ ਜੀ ਜੇ ਇਸੇ ਜਗ੍ਹਾ ਤੇ ਤੁਸੀਂ ਹੁੰਦੀ ਨਾ ਤੇ ਇਹੀ ਕੇਸ ਨਾਲੇ ਮੈਂ ਤੁਹਾਨੂੰ ਸੋਲਵ ਕਰਕੇ ਦਿਖਾਉਂਦੀ, ਇੱਕ ਵੀ ਕੁਝ ਨਹੀਂ ਹੁੰਦਾ ਸੀ ਇੱਥੇ ਪ੍ਰੂਫ, ਜੇ ਮੈਂ ਤੁਸੀਂ ਮੇਰੇ ਪ੍ਰੂਫ ਛੱਡ ਰੱਖੇ। ਦੇਖੋ ਚਤਰ ਸਿੰਘ ਜੰਡਾਲ ਜੀ, ਮਾੜਾ ਸਮਝਾਇਓ ਚੰਗੀ ਤਰ੍ਹਾਂ ਵੀ ਕੋਈ ਕੁੱਤਾ ਬਿੱਲਾ ਨਹੀਂ ਮਰਿਆ, ਐਮਐਲਏ ਸਾਹਿਬ ਦਾ ਕਤਲ ਹੋਇਆ ਐਮਐਲਏ ਸਾਹਿਬ ਦਾ। ਉਹ ਮੈਡਮ ਜੀ ਇਹ ਤਾਂ ਸਾਡੇ ਤੇ ਸ਼ੱਕ ਕਰੀ ਜਾਂਦੇ ਆ, ਕੀ ਗੱਲ ਅਸੀਂ ਤੇਰੀ ਮਦਦ ਨਹੀਂ ਕਰਦੇ? ਅਸੀਂ ਤੇਰੀ ਮਦਦ ਕਿੱਥੇ ਨਹੀਂ ਕੀਤੀ, ਜਿੱਥੇ ਅਸੀਂ ਐਮਐਲਏ ਸਾਹਿਬ ਦੇ ਅਹਿਸਾਨ ਮੰਨਦੇ ਸੀ ਉੱਥੇ ਅਸੀਂ ਤੇਰੇ ਨਾਲ ਦੇ ਰਿਸ਼ਤੇਦਾਰ ਵੀ ਸੀਗੇ, ਪਰ ਅਸੀਂ ਕੀ ਕਰੀਏ, ਕਾਨੂੰਨ ਦੇ ਪ੍ਰਤੀ ਸਾਡਾ ਇਮਾਨਦਾਰ ਹੋਣਾ ਬਣਦਾ ਹੈ। ਮੈਡਮ ਜੀ ਮੈਂ ਤੁਹਾਡੇ ਕਮੈਂਟ ਨਾ ਫੜੀ ਜਾਂਦੀ ਹਾਂ, ਆ ਤੁਸੀਂ ਕੁੱਤੇ ਬਿੱਲੇ ਵਾਲੀ ਕਿਹੜੀ ਗੱਲ ਕੀਤੀ ਹੈ? ਐਮਐਲਏ ਸਾਹਿਬ, ਐਮਐਲਏ ਸਾਹਿਬ ਤੁਹਾਨੂੰ ਪਤਾ ਜੀ ਕੌਣ ਹੁੰਦੇ ਨੇ, ਜਿਹੜੇ ਚੰਗੇ ਕੰਮ ਕਰਦੇ ਹੁੰਦੇ ਨੇ, ਜਿਹੜੇ ਮਾੜੇ ਕਰਦੇ ਹੁੰਦੇ ਨੇ ਉਹਨਾਂ ਦਾ ਵੀ ਤੁਹਾਨੂੰ ਪਤਾ। ਇਹਦਾ ਮਤਲਬ ਫਿਰ ਅਸੀਂ ਮਾੜੇ ਕੰਮ ਕਰਦੇ ਹਾਂ? ਯਾਰ ਕੁੱਤੇ ਬਿੱਲੇ ਮਤਲਬ ਇਹ ਹੈ ਵੀ ਰਾਣੀ ਕੋਈ ਕੁੱਤਾ ਬਿੱਲਾ ਨਹੀਂ ਸੀ, ਇੱਕ ਐਮਐਲਏ ਸੀਗੀ, ਵੀ ਉਹ ਜੇ ਉਹਦਾ ਕਤਲ ਹੋ ਗਿਆ ਉਹਦੀ ਇਨਕੁਆਰੀ ਉੱਪਰੋਂ ਦੀ ਉੱਪਰੋਂ ਟੀਮਾਂ ਆ ਜਾਂਦੀਆਂ, ਉੱਪਰੋਂ ਦੀ ਉੱਪਰੋਂ ਟੀਮਾਂ ਸਾਡੇ ਵੀ ਹੱਥ ਬੰਨ੍ਹ ਕੇ ਆਉਣਗੀਆਂ ਜੀ। ਮੈਂ ਮੰਨਦੀ ਆ ਗੱਲ ਨੂੰ ਵੀ ਉੱਪਰੋਂ ਟੀਮਾਂ ਆਉਣਗੀਆਂ, ਪਰ ਤੁਹਾਨੂੰ ਤਾਂ ਪਤਾ ਨਾ ਵੀ ਮੈਂ ਗਲਤ ਕੰਮ ਕਦੇ ਨਹੀਂ ਕਰ ਸਕਦੀ। ਮੈਂ ਜਿੰਨੇ ਵੀ ਜਤਰ ਸਿੰਘ ਜੰਡਾਲ ਜੀ, ਇਸ ਟਾਈਮ ਸੋਨੀ ਨੂੰ ਸਮਝਾਉਣਾ ਤਾਂ ਕੰਧ 'ਚ ਟੱਕਰਾਂ ਮਾਰਨ ਵਾਲਾ ਕੰਮ ਹੈ। ਤੁਸੀਂ ਐਮਐਲਏ ਸਾਹਿਬ ਨੂੰ ਮਿਲੋ ਤੇ ਉਹਨਾਂ ਨੂੰ ਕਹੋ ਵੀ ਭਾਈ ਸਾਨੂੰ ਹੁਣ ਉੱਪਰੋਂ ਸੀਆਈਡੀ ਆਫੀਸਰ ਵਾਲਿਆਂ ਦੀਆਂ ਫਾਈਲਾਂ ਆ ਗਈਆਂ ਨੇ, ਰਿਪੋਰਟਾਂ ਤਿਆਰ ਹੋ ਕੇ ਆ ਗਈਆਂ ਨੇ, ਵੀ ਸਾਰਿਆਂ ਦੀ ਪੁੱਛਗਿੱਛ ਹੋਊ ਤੁਹਾਡੀ ਕੀ ਰਾਏ ਆ, ਠੀਕ ਹੈ? ਨਹੀਂ ਜੇਲ੍ਹ ਜਾਣ ਲਈ ਤਿਆਰ ਹੋ ਜਾ। ਜੇਲ੍ਹ ਜਾਣ ਲਈ ਮੈਂ ਕੋਈ ਗੱਲ ਨਹੀਂ, ਅਸੀਂ ਬਦਲ ਜਾਂਗੇ ਤਾਂ ਕੋਈ ਹੋਰ ਆਫੀਸਰ ਆ ਜੂ, ਪਤਾ ਨਹੀਂ ਕੀ ਕੀ ਕਰੂ। ਅਸੀਂ ਤਾਂ ਫਿਰ ਵੀ ਲਿਹਾਜ਼ ਰੱਖ ਰਹੇ ਵੀ ਕਿਵੇਂ ਨਾ ਕਿਵੇਂ ਗੱਲ ਦਾ ਟਕਾਅ ਹੋ ਜਾਵੇ, ਪਰ ਹੁਣ ਜੇ ਸੀਆਈਡੀ ਆਫੀਸਰਾਂ ਕੋਲੇ ਹੈਗਾ ਤਾਂ ਸਾਡੇ ਹੱਥ 'ਚ ਵੀ ਕੁਛ ਨਹੀਂ। ਹਾਂਜੀ ਮੇਰੀ ਗੱਲ ਵੀ ਸੁਣ ਲਓ, ਨਾਲੇ ਜੇਲ੍ਹ ਜਾਣਾ ਪੈਗਾ ਨਾ ਜੇ ਮੈਨੂੰ, ਕੋਈ ਗੱਲ ਨਹੀਂ ਮੈਂ ਸਹੀ ਤਰੀਕੇ ਨਾਲ ਜਾਊਂਗੀ, ਪਰ ਜੇ ਬਿਨਾਂ ਗੱਲ ਤੋਂ ਮੈਨੂੰ ਲੈ ਕੇ ਜਾਂਦੇ ਨੇ, ਮੈਂ ਜੇਲ੍ਹ ਕਦੇ ਵੀ ਨਹੀਂ ਜਾਂਦੀ ਤੇ ਨਾ ਮੈਂ ਕਿਸੇ ਨੂੰ ਜਾਣ ਦੇਵਾਂ। ਸੋਨੀ ਮੈਨੂੰ ਬਹੁਤ ਦੁੱਖ ਹੋ ਰਿਹਾ ਵੀ ਇੰਨੇ ਵਾਰ ਅਸੀਂ ਤੇਰੀ ਫਾਈਲ ਕਲੋਜ਼ ਕਰਨ ਦੀ ਕੋਸ਼ਿਸ਼ ਕੀਤੀ, ਬੰਦ ਕਰਨ ਦੀ ਕੀਤੀ, ਕਿਉਂ ਵਾਰ ਵਾਰ ਤੇਰਾ ਹੀ ਨਾਂ ਤੇ ਤੇਰਾ ਹੀ ਜ਼ਿਕਰ ਹੋ ਰਿਹਾ? ਮੇਰਾ ਨਾਂ ਤਾਂ ਹੋਣਾ ਹੀ ਆ ਨਾ, ਜਦੋਂ ਮੈਂ ਚੰਗੇ ਕੰਮ ਕਰਦੀ ਹਾਂ, ਚੰਗੇ ਕੰਮਾਂ ਦਾ ਤਾਂ ਤੁਹਾਨੂੰ ਪਤਾ ਹੀ ਹੈ ਜੀ ਕਿ ਕਿੰਨੇ ਦੁਸ਼ਮਣ ਹੁੰਦੇ ਨੇ। ਮੈਡਮ ਜੀ ਪਹਿਲਾਂ ਵੀ ਉਹਨੇ ਮਾੜੇ ਕੰਮ ਕਰ ਕਰਕੇ ਬਹੁਤ ਦੁਸ਼ਮਣ ਖੜੇ ਕੀਤੇ ਸੀ, ਕੁਛ ਕਿਹਾ ਨਹੀਂ ਜਾ ਸਕਦਾ। ਉਹੀ ਖੜੇ ਹੋਏ ਹੋਏ ਨੇ ਹੁਣ ਇਸ ਟਾਈਮ, ਵੀ ਇਹ ਚੰਗੇ ਕੰਮ ਕਿਉਂ ਕਰਨ ਲੱਗ ਗਈ, ਤਾਂ ਕਰਕੇ ਦੁਸ਼ਮਣ ਨੇ ਮੇਰੇ। ਚਤਰ ਸਿੰਘ ਚੰਡਾਲ ਜੀ ਮਿਲੋ ਐਮਐਲਏ ਸਾਹਿਬ ਨੂੰ ਤੇ ਕਰੋ ਹੱਲ ਇਸ ਦਾ, ਮੈਨੂੰ ਹੱਲ ਚਾਹੀਦਾ, ਤੁਹਾਨੂੰ ਪਤਾ ਹੁਣ ਗੱਲ ਹੋਰ ਵੀ ਖਰਾਬ ਹੋ ਗਈ। ਵੈਸੇ ਵੀ ਮੈਂ ਜੇਲ੍ਹ ਜਾਣੀ ਵੀ ਦਿੰਦਾ ਸੋਨੀ। ਕੀ ਮਤਲਬ ਹੈ ਤੇਰਾ? ਨਹੀਂ ਜੀ ਮੈਂ ਇਸ ਤਰ੍ਹਾਂ ਕਹਿ ਰਿਹਾ ਸੀਗਾ ਵੀ ਕੋਈ ਗੱਲ ਨਹੀਂ ਜੀ, ਕਰ ਲਾਂਗੇ ਇਨਕੁਆਰੀ। ਹੁਣ ਤੁਸੀਂ ਬਾਹਲਾ ਨਾ ਮੇਰੇ ਤੇ ਰੋਕ ਚਾੜੋ, ਮੈਂ ਆਪਦਾ ਕੰਮ ਧਿਆਨ ਨਾਲ ਕਰੂੰਗਾ। ਬਾਕੀ ਮੇਰੇ ਨਾਲ ਜਵਾਨ ਨਹੀਂ ਲੜਾਉਣੀ ਚਤਰ ਸਿੰਘ ਜੰਡਾਲ, ਮੈਂ ਤਾਂ ਪਹਿਲੀ ਟੈਨਸ਼ਨ 'ਚ ਹੈ ਕਿ ਅਸੀਂ ਏਦਾਂ ਦੇ ਖਰਾਬ ਹੋ ਜਾਂਦੇ। ਨਹੀਂ ਮੈਡਮ ਜੀ ਤੁਸੀਂ ਕਾਹਦੇ 'ਚ ਟੈਨਸ਼ਨ 'ਚ ਆ ਜਾਂਦੇ, ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਹਜੇ ਤੁਹਾਨੂੰ ਤੱਕ ਤੁਹਾਨੂੰ ਕਿਸੇ ਦੀ ਪਰਖ ਹੀ ਨਹੀਂ ਹੈਗੀ ਵੀ ਸੋਨੀ ਤੇ ਮਾੜਾ ਬੰਦਾ ਪਰਖ ਨਾਲ ਨਹੀਂ, ਜਿਹੜੇ ਸਬੂਤ ਤੇ ਜਿਹੜੇ ਆਪਾਂ ਨੂੰ ਦਿਸਦਾ ਚੀਜ਼ ਸਬੂਤ ਮੰਨਦੀ ਹੈ ਨਾ, ਕੋਰਟ ਵੀ ਸਬੂਤ ਮੰਗਦਾ ਗਾ ਵੀ ਭਾਈ ਬੰਦਾ ਕੁਛ ਕਰਕੇ ਆਇਆ ਜਾਂ ਨਹੀਂ।
ਸੋਨੀ ਦੇਖ ਮੇਰਾ ਤਾਂ ਐਮਐਲਏ ਸਾਹਿਬ ਵੀ ਡੁਪਲੀਕੇਟ ਹੀ ਮਰੇ ਨੇ ਜੀ, ਐਮਐਲਏ ਸਾਹਿਬ ਵੀ ਡੁਪਲੀਕੇਟ ਹੀ ਮਰੇ ਨੇ। ਦੇਖ ਚਤਰ ਸਿੰਘ ਜੰਡਾਲ, ਐਮਐਲਏ ਸਾਹਿਬ ਨਾਲ ਕਰੋ ਗੱਲ, ਠੀਕ ਹੈ? ਆਪਾਂ ਆਪਣੇ ਤੇ ਬਹੁਤ ਅਹਿਸਾਨ ਆ ਉਹਨਾਂ ਦੇ, ਉਹਨਾਂ ਨੂੰ ਕਹੋ ਜੀ ਵੀ ਤੁਹਾਡੀ ਫੈਮਿਲੀ ਦੀ ਵੀ ਕੁਛ ਕਿਛ ਹੋ ਸਕਦੀ ਹੈ ਜੀ, ਕੇਸ ਥੋੜਾ ਵਧਿਆ ਪਿਆ, ਸਾਨੂੰ ਦੱਸੋ ਵੀ ਹੁਣ ਸਾਡੇ ਹੱਥ 'ਚ ਕੁਛ ਨਹੀਂ, ਤੁਸੀਂ ਜੇ ਅੱਗੇ ਤੁਹਾਡੀ ਕੋਈ ਫੋਹ ਪੈਂਦਾ ਤਾਂ ਪਾਓ। ਮੈਡਮ ਜੀ ਬਾਰ ਬਾਰ ਐਮਐਲਏ ਸਾਹਿਬ ਦਾ ਅਹਿਸਾਨ ਕੀ ਅਹਿਸਾਨ ਹੋ ਬਾਕੀ? ਮੈਡਮ ਜੀ ਦੇਖੋ, ਅਹਿਸਾਨ ਮੈਨੂੰ ਮੇਰੇ ਜਦੋਂ ਘਰ ਬਾਰ ਨਹੀਂ ਸੀ ਤੇ ਉਹਨਾਂ ਨੇ ਮੈਨੂੰ ਆਸਰਾ ਦਿੱਤਾ ਸੀ। ਮੈਡਮ ਜੀ ਮੇਰੀ ਗੱਲ ਸੁਣੋ, ਮੈਨੂੰ ਦੇਖੋ ਜੀ ਜ਼ਿਆਦਾ ਗੱਲਾਂ ਤਾਂ ਕੋਈ ਕਰਨ ਦਾ ਫਾਇਦਾ ਨਹੀਂ ਇੱਥੇ। ਇੱਕ ਮਿੰਟ ਜਨਾਬ, ਕਰਦਾ ਗੱਲ ਮੈਂ ਤਾਂ ਜੀ ਤੁਹਾਨੂੰ 100 ਦੀ ਇੱਕੋ ਹੀ ਸੁਣਾ ਕੇ ਜਾਂਦੀ ਹਾਂ, ਜਿਵੇਂ ਤੁਸੀਂ ਆਪਣਾ ਕਰਨਾ ਤੁਸੀਂ ਆਪਦੀ ਡਿਊਟੀ ਨਿਭਾਓ ਤੇ ਡਿਊਟੀ ਮੈਂ ਵੀ ਆਪਣੀ ਨਿਭਾਉਂਗੀ, ਜਿੰਨੇ ਵਾਰੀ ਮੇਰੀ ਇਨਕੁਆਇਰੀ ਹੋਊਗੀ ਮੈਂ ਉਨੇ ਵਾਰੀ ਥਾਣੇ ਜਾਵਾਂਗਾ। ਬਸ ਯਾਰ ਮੇਰਾ ਕੰਮ ਤਾਂ ਸਿਰਫ ਤੇਰੀ ਪੁੱਛ ਗਿੱਛ 2 ਵਾਰੀ ਹੋਏ 10 ਵਾਰ ਹੋ ਜੇ, ਠੀਕ ਹੈ? ਪਰ ਮੈਨੂੰ ਹੁਣ ਲੱਗਦਾ ਨਹੀਂ ਵੀ ਮੈਂ ਤੇਰਾ ਵਿਚਾਰ ਕਰ ਪਾਉਂਗੀ। ਕੋਈ ਗੱਲ ਨਹੀਂ, ਤੁਸੀਂ ਵਿਚਾਰ ਨਹੀਂ ਪਾਉਣਾ, ਨਾ ਪਾਓ, ਕੋਈ ਚੱਕਰ ਨਹੀਂ ਹੈਗਾ ਮੈਨੂੰ, ਪਰ ਥਾਣੇ 'ਚ ਨਾ ਤਾਂ ਮੈਂ ਅੱਜ ਜਾ ਸਕਦੀ ਹਾਂ ਤੇ ਨਾ ਮੈਂ ਕੱਲ੍ਹ, ਤੇ ਨਾ ਮੇਰੇ ਜੀਜੂ ਨੂੰ ਜਾਣ ਦੇਵਾਂ ਮੈਂ, ਕਿਉਂਕਿ ਉਹਨਾਂ ਨੇ ਕੋਈ ਗਲਤੀ ਕਰੀ ਨਹੀਂ, ਉਹਨੇ ਚੰਗੇ ਇਨਸਾਨ ਆ, ਉਹਨਾਂ ਲਈ ਮੈਂ ਕੁਛ ਵੀ ਕਰ ਸਕਦੀ ਹਾਂ। ਇਹ ਬਾਕੀ ਹੁਣ ਮੈਡਮ ਜੀ ਤੁਸੀਂ ਸੋਚ ਲਿਓ, ਮੈਂ ਤਾਂ ਕੁਛ ਨਹੀਂ ਸੋਚਣਾ, ਮੈਂ ਕੁਛ ਸੋਚਣਾ ਹੀ ਨਹੀਂ, ਜਦੋਂ ਮੇਰੇ ਵੱਲੋਂ ਤਾਂ ਐਮਐਲਏ ਸਾਹਿਬ ਦੇ ਕਹਿਣ ਤੇ ਫਾਇਲ ਬੰਦ ਹੈ, ਹੁਣ ਤਾਂ ਜੋ ਸੋਚਣਗੇ ਸੀਆਈਡੀ ਆਫੀਸਰ ਸੋਚਣਗੇ। ਮੇਰੇ ਤੇ ਰੋਹ ਮਾਰਨਾ ਕੋਈ, ਮੈਂ ਐਵੇਂ ਨਹੀਂ ਬੈਠੀ ਕੁਰਸੀ ਤੇ, ਮੈਂ ਕਾਨੂੰਨ ਦੀ ਇੱਜ਼ਤ ਕਰਦੀ ਹੈਗੀ, ਮੈਂ ਐਮਐਲਏ ਸਾਹਿਬ ਦੀ ਵੀ ਇੱਜ਼ਤ ਕਰਦੀ ਹਾਂ, ਪਰ ਜੋ ਆਪਾਂ ਇੱਥੇ ਬੈਠੇ ਆ ਨਾ ਤਨਖਾਹ ਲੈਂਦੇ ਹਾਂ, ਉਹ ਇਹ ਨਹੀਂ ਹੈ ਨਾ ਵੀ ਇੱਥੇ ਆ ਕੇ ਬਹਿ ਗਏ ਪੱਖਾ ਛੱਡ ਰਹੇ ਤੇ ਤਨਖਾਹ ਮਿਲ ਗਈ, ਕੇਸ ਆਉਣਗੇ ਸੋਲਵ ਕਰਕੇ ਦੇਣੇ ਪੈਣਗੇ, ਤੁਸੀਂ ਵੀ ਜਾਓ ਕਰੋ ਐਮਐਲਏ ਸਾਹਿਬ ਨਾਲ ਗੱਲ। ਮੈਡਮ ਜੀ ਤੁਸੀਂ ਵਾਧੂ ਦਾ ਮੇਰੇ ਤੇ ਰੋਹ ਝਾੜ ਰਹੇ। ਚਤਰ ਸਿੰਘ ਜੰਡਾਲ ਬਾਹਰਲੇ ਹਵਾ ਤੋਂ ਅੰਦਰਲੇ ਪਾਸੇ ਆ ਜਾਓ, ਜਿਹੜਾ ਕੇਸ ਦਿੱਤਾ ਉਹਨੂੰ ਸੋਲਵ ਕਰੋ, ਠੀਕ ਹੈ? ਜ਼ਿਆਦਾ ਜਵਾਨ ਲੜਾਉਣ ਦੀ ਜ਼ਰੂਰਤ ਨਹੀਂ, ਕੰਮ ਕਰਿਆ ਕਰੋ ਆਪਣਾ। ਆਖਰ ਨੂੰ ਚਤਰ ਸਿੰਘ ਚੰਡਾਲ ਕਹਿੰਦੇ ਨੇ, ਚੰਡਾਲ ਕਹਿੰਦੇ ਨੇ, ਆਹ ਰਾਣੀ ਮੈਡਮ ਮੇਰੇ ਸਿਰ ਤੇ ਚੜੀ ਰਹਿੰਦੀ ਹੈ, ਸਾਰਾ ਦਿਨ ਮੇਰੇ ਤੇ ਰੋਹ ਮਾਰਦੀ ਰਹਿੰਦੀ ਹੈ, ਮੇਰਾ ਕੀ ਕਸੂਰ ਹੈ? ਆਖਰ ਨੂੰ ਮੈਂ ਇਕੱਲੇ ਇਕੱਲੇ ਨੂੰ ਐਮਐਲਏ ਦੇ ਬੰਦੇ ਨੂੰ ਬੁਲਾ ਕੇ ਇੱਥੇ ਇਨਕੁਆਇਰੀ ਕਰੂੰਗਾ, ਇਹ ਮੇਰਾ ਫਰਜ਼ ਬਣਦਾ ਹੈ। ਇਹ ਮੈਡਮ ਮੈਡਮ ਮੇਰੇ ਤੇ ਰੋਹ ਝਾੜਦੀ ਰਹਿੰਦੀ ਹੈ, ਕੀ ਗੱਲ ਮੈਂ ਕੰਮ ਨਹੀਂ ਕਰ ਰਿਹਾ? ਇਕੱਲੇ ਇਕੱਲੇ ਦਾ ਨਾਮ ਮੈਂ ਚੱਕ ਕੇ ਲਊਂ ਸਾਰਿਆਂ ਨੂੰ। ਆਖਰ ਨੂੰ ਚਤਰ ਸਿੰਘ ਚੰਡਾਲ ਕਹਿੰਦੇ ਨੇ ਮੈਨੂੰ, ਚਤਰ ਸਿੰਘ ਚੰਡਾਲ। ਇੱਕ ਤਾਂ ਮੈਂ ਚੱਕੂ ਮਾਮੇ ਨੂੰ, ਕਿਉਂਕਿ ਖਾ ਖਾ ਕੇ ਨਾ ਉਹ ਢੱਡ ਐਡਾ ਵੱਡਾ ਕਰੀ ਬੈਠਾ, ਐਡਾ ਵੱਡਾ ਨਹੀਂ ਕਰੀ ਬੈਠਾ, ਇਹ ਜਿੰਨੇ ਉਹਦੇ ਘਰੇ ਕੰਮ ਕਰਦੇ ਨੇ ਉਹਨਾਂ ਨੂੰ ਮੈਂ ਸਾਰਿਆਂ ਨੂੰ ਚੱਕ ਕੇ, ਐਮਐਲਏ ਨੂੰ ਐਮਐਲਏ ਤੋਂ ਲੈ ਕੇ ਪਰਮਿਸ਼ਨ ਮੈਂ ਸਾਰਿਆਂ ਨੂੰ ਚੱਕ ਕੇ ਲੈ ਕੇ ਆਉਂ। ਇਹ ਰਾਣੀ ਮੈਡਮ, ਰਾਣੀ ਮੈਡਮ ਦੇ ਸਿਰ ਤੇ ਫਾਇਲ ਐਸਤਾ ਮਾਰਨੀ ਆ, ਕੀ ਗੱਲ ਮੈਂ ਕੰਮ ਨਹੀਂ ਕਰਦਾ? ਸਾਰਾ ਦਿਨ ਇੱਧਰ ਨੂੰ ਜਾਣਾ ਤੂੰ ਉੱਧਰ ਨੂੰ ਜਾਣਾ, ਮੈਂ ਆਪਦੀ ਮੈਡਮ ਜੀ ਡਿਊਟੀ ਸੱਤੀ ਢੰਗ ਨਾ ਕਰਦਾ, ਠੀਕ ਹੈ? ਮੈਂ ਲਿਆਉਣਾ ਸਾਰਿਆਂ ਨੂੰ ਚੱਕ ਕੇ। ਸ਼ਰਮ ਵਾਲੀ ਕੀ ਗੱਲ ਆ, ਤੂੰ ਕੰਮ ਕਰਦੀ ਆ ਦੱਸ, ਚਾਹ ਲਿਆ ਚਾਹ, ਆ ਕੀ ਚਾਹ ਤੇਰੀ ਆ, ਚੱਲ ਤੂੰ ਮੇਰੇ ਵਾਲੀ ਪੀ ਲੈ, ਮੈਂ ਉਹ ਲਿਆਉਣੀ ਆ, ਹੋਰ ਮੈਂ ਨਵੀਂ ਲੈ ਦਿੰਦੀ, ਆਦਤ ਨਹੀਂ ਆ। ਚਾਹ ਤੇ ਪੀਏ, ਚਾਹ ਪੀਓ ਮਾਮਾ ਜੀ।
ਚੱਲ ਚਾਹ ਹੀ ਨਾ ਛਾੜਤਾ ਤੂੰ, ਚੱਲ ਕੋਈ ਗੱਲ ਮੈਂ ਪੀਣਾ ਠੰਡਾ ਸੀ, ਚੱਲ ਕੋਈ ਨੀ ਠੰਡਾ ਤਾਂ ਮੈਨੂੰ ਤਾਂ ਸ਼ਰਮ ਆਉਂਦੀ ਵੀ ਮੈਂ ਠੰਡਾ ਕਹਿੰਦੀ ਵੀ ਚੰਗੀ ਲੱਗਦੀ। ਨਾ ਨਾ ਠੰਡਾ ਪੈਂਦੀ ਕੋਈ ਨੀ, ਚੰਗਾ ਲੱਗੇ ਠੰਡਾ ਪਿਆ ਲਿਆ, ਕੋਈ ਗੱਲ ਨੀ ਅੱਧਾ ਘੰਟਾ ਮੈਂ ਇੱਥੇ ਹਾਂ, ਕੋਈ ਗੱਲ ਨੀ। ਆਹ ਦੇਖ ਲਿਖ ਚਰਨਜੀਤ ਚੰਨੀ, ਦੇਖ ਲਓ ਮਾਮਾ ਜੀ। ਕੋਈ ਗੱਲ ਨੀ, ਨਾਮ ਇੱਕ ਵਾਰੀ ਹੋਰ ਲਿਖ ਲਾ, ਨਾਮ ਦਾ ਕੀ ਆ ਹੁਣ ਦੱਸ, ਕੀ ਪੁੱਛਣਾ ਮੈਥੋਂ? ਪੁੱਛਣਾ ਤਾਂ ਕੀ ਆ, ਸਲਾਹ ਨੂੰ ਲੈਣੀ ਮੈਥੋਂ ਕੋਈ? ਸਲਾਹ ਹੀ ਲੈ ਲਓ, ਇੱਕ ਤਰ੍ਹਾਂ ਦੀ ਸਲਾਹ ਹੀ ਲੈ ਸਕਦੇ ਹੋ ਤੁਹਾਡੇ ਤੋਂ। ਮੈਂ ਤਾਂ ਤੁਹਾਨੂੰ ਇਹ ਪੁੱਛਦੀ ਸੀ ਵੀ ਮੈਂ ਤਾਂ ਇਹ ਫਾਈਲ ਬੰਦ ਕਰਤੀ ਸੀ ਸੋਨੀ ਵਾਲੀ MLA ਸਾਹਿਬ ਦੇ ਕਹਿਣ ਤੇ, ਇਹ ਤਾਂ CID ਵਾਲੇ ਨੇ ਫੇਰ ਚੱਕ ਲਈ। ਕਿੱਥੋਂ ਚੱਕ ਲਈ? ਜਿੱਥੇ ਰਾਣੀ ਨੂੰ ਚੋਪੜ ਕੇ ਆਈ ਸੀ ਉੱਥੋਂ ਚੱਕੀ ਹੈ। ਉੱਥੇ ਰੱਖ ਕੇ, ਉੱਥੇ ਕੌਣ ਰੱਖ ਗਿਆ ਇਸ ਫਾਈਲ? ਫਾਈਲ ਕਾਹਨੂੰ ਮਾਮਾ? ਹੋਰ ਉਹ ਸਾਰੇ ਕਹਿੰਦੇ ਵੀ ਅਸੀਂ ਦੇਖੀਏ ਸੋਨੀ, ਸੋਨੀ ਤੋਂ ਬਿਨਾਂ ਕੋਈ ਅੰਦਰ ਨਹੀਂ ਗਿਆ ਨਾ ਕੋਈ ਬਾਹਰ ਆਇਆ। ਦੱਸੋ ਕਿੱਥੇ ਦੇਖੀਏ ਸੋਨੀ? ਸੋਨੀ ਰਾਣੀ MLA ਦੇ ਘਰੇ। ਮਾਮਾ ਤੂੰ ਤਾਂ ਮੇਰੀ ਇਨਕੁਆਇਰੀ ਕਰਨ ਲੱਗ ਰਿਹਾ, ਕਰਨੀ ਮੈਂ ਸੀ ਤੇਰੀ ਇਨਕੁਆਇਰੀ। ਠੀਕ ਹੈ ਠੀਕ ਹੈ, ਉੱਥੇ ਦੇਖੀਏ, ਕਿਹਨੇ ਦੇਖੀ ਹੈ? ਮੈਨੂੰ ਨਹੀਂ ਪਤਾ ਮਾਮਾ ਕਿਹਨੇ ਦੇਖੀ ਹੈ, ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਵੀ ਸਾਰੇ MLA ਸਾਹਿਬ ਦੇ ਟੱਬਰ ਦਾ ਨਾਂ ਲਿਖਿਆ ਪਿਆ, ਹੁਣ ਬਸ ਕੀ ਕੀਤਾ ਜਾਵੇ। ਹੁਣ ਕਿਹਨੇ ਦੇਖੀ ਹੋ ਸੋਨੀ, ਮੈਂ ਉਹਨੂੰ ਪੁੱਛ ਲੂੰਗਾ ਤੂੰ ਦੇਖਿਓ ਦੇਖੀ ਨਹੀਂ। ਫਿਰ CID ਵਾਲਿਆਂ ਕੋਲ ਆ ਜੀ, ਜਿੱਦੇ CID ਵਾਲਿਆਂ ਕੋਲ ਸੋਨੀ ਵੀ ਨਾਲ ਹੀ ਤੁਸੀਂ ਚੱਲ ਜਾਓ। ਮੈਂ ਕੀ ਲੈਣੇ ਜਾਣਾ ਉੱਥੇ? ਠੀਕ ਹੈ ਮਾਮਾ, ਧੰਨੀ ਹੈ ਮਾਮੀ ਜਿਹੜੀ ਕੱਟੀ ਜਾਂਦੀ ਹੈ। ਲੈ ਇਹ ਤੇਰਾ ਕੇਸ ਆ, ਉਹ ਮਾਮੀ ਨਾਲ ਕੀ ਲੈਣਾ ਦੇਣਾ ਇਹਦੇ ਚ? ਹੁਣ ਦੱਸੋ, ਹੁਣ ਦੱਸ ਸਲਾਹ ਕੀ ਲੈਣੀ ਹੈ ਮੈਥੋਂ? ਮੈਂ ਤਾਂ ਹੁਣ ਇਹ ਸਲਾਹ ਲੈਣੀ ਵੀ ਤੁਹਾਨੂੰ ਲੱਗਦਾ ਵੀ ਇਹ ਆਪਣਾ ਸੋਨੀ ਦਾ ਕੰਮ ਹੋ ਸਕਦਾ ਕਰਿਆ? ਮੈਨੂੰ ਕੀ ਪਤਾ, ਮੈਂ ਕਿਹੜਾ ਦੇਖਿਆ। ਤੇ ਫਿਰ ਵੀ ਤੁਸੀਂ ਕੁਛ ਨਾ ਕੁਛ ਤਾਂ ਜਾਣਦੇ ਹੋ, ਜਾਂਦੇ ਹੁੰਦੇ ਰਹਿੰਦੇ ਹੋ। ਮੈਂ ਕੀ ਦੱਸੂੰਗਾ, ਮੈਂ ਝੂਠ ਥੋੜੀ ਮਾਰਦਾ, ਜਿਹੜੀ ਚੀਜ਼ ਮੈਂ ਆਪਦੀ ਅੱਖੀ ਦੇਖ ਰਿਹਾ ਉਹ ਮੈਂ ਬੋਲੂੰਗਾ, ਹੁਣ ਬਿਨ ਦੇਖੀ ਕਿਵੇਂ ਬੋਲਦਾ ਮੈਂ? ਬਾਅਦ ਸੋਨੀ ਨੇ ਕਤਲ ਨਾ ਕੀਤਾ, ਮੈਨੂੰ ਕੁੱਟੀ ਜਾਵੇ? ਤੁਹਾਡੇ ਨਜ਼ਰੀਏ ਨਾਲ ਜਾਂ ਤੁਹਾਡੇ ਤਰੀਕੇ ਨਾਲ ਦੱਸੋ ਵੀ ਤੁਹਾਨੂੰ ਕੀ ਲੱਗਦਾ ਵੀ ਸੋਨੀ ਨੇ ਇਹ ਕੰਮ ਕਰਤਾ ਹੋਊਗਾ ਕਿ ਨਹੀਂ? ਰਿਸ਼ਤੇਦਾਰੀ ਦੇ ਤੌਰ ਤੇ ਪੁੱਛ ਰਹੀ ਹਾਂ ਮੈਂ। ਮੇਰੇ ਹਿਸਾਬ ਨਾਲ ਕਰ ਵੀ ਸਕਦੀ ਹੈ, ਨਹੀਂ ਵੀ ਕਿਉਂਕਿ ਦੁਸ਼ਮਣੀ ਸੀ ਉਹਦੇ ਨਾਲ ਸਰਪੰਚ ਦੀ ਰਾਣੀ ਨਾਲ। ਤੇ ਫਿਰ MLA ਸਾਹਿਬ ਦੀ ਦੁਸ਼ਮਣੀ ਸੀ ਰਾਣੀ ਨਾਲ, ਤੇ ਸੋਨੀ ਦਾ ਕੀ ਵਿੱਚ ਰੋਲ ਹੈ? ਰੋਲ ਇਹ ਆ ਉਹਦੇ ਚ, ਰੋਲ ਤਾਂ ਫਿਲਮਾਂ ਚ ਆਉਂਦਾ ਹੁੰਦਾ। ਹਾਏ ਵੇ ਮਾਮਾ, ਮੇਰੇ ਕਹਿਣ ਦਾ ਮਤਲਬ ਆਇਆ ਵੀ ਸੋਨੀ ਦਾ ਕੀ ਲੈਣਾ ਦੇਣਾ? ਹਾਂ, ਸੋਨੀ ਦਾ ਕੀ ਲੈਣਾ ਦੇਣਾ? ਲੈਣਾ ਦੇਣਾ ਤਾਂ ਕੁਛ ਵੀ ਨਹੀਂ ਮਾਮਾ, ਮੈਂ ਕਹਿੰਦੀ ਵੀ ਸੋਨੀ ਨੇ ਕੁਮਾਰੀ ਰੌਲਾ ਤਾਂ ਉਹਦਾ MLA ਸਾਹਿਬ ਨਾਲ, ਲੜਾਈ ਤਾਂ ਉਹਦੇ ਨਾਲ ਹੈ, ਦੁਸ਼ਮਣੀ ਤਾਂ ਉਹਦੇ ਨਾਲ ਹੈ। ਸੋਨੀ ਨੇ ਮਾਰੀ ਹੈ, ਸੋਨੂੰ ਕਿਹਨੇ ਕਿਹਾ? ਜਿਹੜੇ ਉੱਥੇ ਜਿਨ੍ਹਾਂ ਨੇ ਦੇਖਿਆ ਨਾ, ਲੋਕਾਂ ਨੇ ਲੰਘਦੀ ਤੱਪਦੀ ਅੱਪਲੇ ਪੈਂਦੀ ਭੱਜਦੀ, ਉਹ ਕਹਿੰਦੇ ਵੀ ਹੋਰ ਕੋਈ ਨਾ ਉਦੋਂ ਬਾਅਦ ਆਇਆ ਤੇ ਨਾ ਉਦੋਂ ਬਾਅਦ ਕੋਈ ਗਿਆ। ਉਹ ਤੇਰੀ ਗੱਲ ਮੰਨ ਲਈ, ਮੰਨ ਲਓ ਉੱਥੋਂ ਦੀ ਹੋਰ ਕੰਮ ਬੰਦਾ ਹੋਰ ਮਾਰ ਕੇ ਹੋਰ ਪਾਸੇ ਨਾ ਗਿਆ, ਹੁਣ ਸਾਹਮਣੇ ਥੋੜੀ ਚੋਰ ਲੰਘਦਾ ਹੁੰਦਾ ਵੀ ਚੋਰੀ ਕਰਕੇ, ਮੰਨ ਮੈਂ ਮੇਰੀ ਗੱਲ ਗੱਲ ਆ, ਮੈਂ ਤੁਹਾਡੇ ਘਰੇ ਚੋਰੀ ਕਰਨ ਵੱਗ ਗਿਆ, ਜੇ ਇੱਧਰਲੇ ਰਸਤੇ ਗਿਆ ਮੈਂ ਉਲਟ ਰਸਤੇ ਜਾਊਂਗਾ ਚੋਰੀ ਕਰਕੇ, ਉਹ ਉਹਦਾ ਮਤਲਬ ਮੈਂ ਥੋੜੀ ਉੱਧਰ ਦੀ ਨਿਕਲੂਗਾ। ਨਾਲੇ ਸੋਨੀ ਕਹਿੰਦੀ ਵੀ ਮਾਮੇ ਨੂੰ ਪਤਾ ਵੀ ਰਾਣੀ ਮੈਂ ਮਾਰੀ ਹੈ। ਮੈਨੂੰ ਤਾਂ ਕਦੇ ਦੱਸਿਆ ਨਹੀਂ ਉਹਨੇ, ਉਹ ਕਹਿੰਦੀ ਮੈਂ ਤਾਂ ਦੱਸਿਆ ਸੀ, ਆਈ ਸੀ ਨਾ ਪਹਿਲਾਂ ਇੱਕ ਵਾਰੀ ਚ, ਉਹ ਕਹਿੰਦੀ ਸੀ ਕਿ ਮੈਂ ਦੱਸਿਆ ਸੀ ਵੀ ਮੈਂ ਪੁੱਛੂ ਮਾਤਾ ਕੋਲ ਜਾ ਕੇ ਵੀ ਤੂੰ ਮੈਨੂੰ ਕਦੋਂ ਦੱਸਿਆ ਸੀ ਵੀ ਮੈਨੂੰ ਤਾਂ ਕਹਿੰਦੀ ਮੈਂ ਮਾਰਿਆ ਨਹੀਂ। ਨਹੀਂ ਇਹ ਕਹਿੰਦੀ ਮੈਂ ਕਿਹਾ ਮਾਮੀ ਨੂੰ ਵੀ ਮੈਂ ਹੀ ਮਾਰ ਕੇ ਆਈ ਰਾਣੀ MLA ਨੂੰ, ਸੋਨੀ ਕਹਿੰਦੀ ਲੈ ਮਾਰ ਕੇ ਆਈ ਆ, ਇੰਨਾ ਕਿੱਥੇ ਉਹਦਾ ਦਿਲ ਆ, ਇੰਨੇ ਮਾਰਨ ਵਾਲੀ ਹੈ ਨਹੀਂ ਉਹ।
ਚੱਲ ਦੇਖ ਲੈਨੇ ਕੋਈ ਨਾ। ਹੋਰ ਮਾਮਾ ਦੱਸੋ ਗੱਲਬਾਤ। ਗੱਲਬਾਤ ਤੇ ਹੀ ਸੀ ਬਸ, ਮੈਂ ਕਿਹਾ ਪਤਾ ਨਹੀਂ ਕੀ ਸਲਾਹ ਸੁਣ ਲੈਣੀ। ਕੋਈ ਗੱਲ ਨਹੀਂ, ਕਰ ਲਓ ਵੀ ਆਪਦੀ ਇਨਕੁਆਇਰੀ ਸਲਾਹ। ਠੀਕ ਹੈ, ਕੋਈ ਮੇਰੇ ਸਲਾਹ ਲੈਣੀ ਹੋਈ ਦੱਸ ਦੇ ਮੈਨੂੰ। ਨਾ ਨਾ ਕੋਈ ਨਾ, ਮਾਮੀ ਨੂੰ ਘੱਲ ਦੇ ਜੇ ਹੋਈ ਤਾਂ। ਮਾਮੀ ਨੂੰ ਕੋਈ ਗੱਲ ਨਹੀਂ, ਉਹਨੂੰ ਵੀ ਘੱਲ ਦਾਂਗੇ। ਠੀਕ ਹੈ ਜੀ, ਠੀਕ ਹੈ। ਚੱਲ ਚਾਹ ਤੇ ਪੀਤੀ 10 ਰੁਪਈਆਂ ਦੀ। ਸਹੀ ਗੱਲ ਹੈ ਮਾਮਾ, ਤਾਂ ਬਾਕੀ ਨਾ ਸੱਚਾ ਤੇ ਸੁੱਚਾ ਇਨਸਾਨ ਹੈ, ਫੱਕਰ ਬੰਦਾ ਹੈਗਾ। ਬੈਠੋ ਮਾਤਾ ਜੀ, ਇੱਧਰ ਆ ਜਾਓ। ਮਾਤਾ ਜੀ। ਹਾਂਜੀ। ਇਹ ਦੱਸੋ ਵੀ ਤੁਸੀਂ MLA ਸਾਹਿਬ ਦੇ ਘਰ ਕੰਮ ਕਿੰਨੇ ਟਾਈਮ ਤੋਂ ਕਰ ਰਹੇ ਹੋ? ਮੈਂ ਤਾਂ ਕੱਲ੍ਹ ਤੋਂ ਆਉਣ ਲੱਗੀ ਹਾਂ ਜੀ। ਕੱਲ੍ਹ ਤੋਂ ਆਉਣ ਲੱਗੀ ਹੈ? ਝੂਠ ਬੋਲਦੀ ਹੈ ਮੈਡਮ ਜੀ ਇਹ। ਝੂਠ ਬੋਲਦੀ ਹੈ? ਹਾਂ। ਤੇਰਾ ਮਤਲਬ ਕੀ ਹੈ? ਕੱਲ੍ਹ ਤੋਂ ਕਿੱਥੋਂ ਆਉਣ ਲੱਗੀ ਹੈ? ਸਵਾਰ ਕੇ ਪੁੱਛੋ ਇਹਨਾਂ ਨੂੰ। ਸੱਚੀ ਸੱਚੀ ਦੱਸ ਦਿਓ ਮਾਤਾ ਜੀ, ਡਰਨ ਦੀ ਲੋੜ ਨਹੀਂ। ਨਹੀਂ ਮੈਂ ਤਾਂ ਨਹੀਂ ਡਰਦੀ, ਦੇਖਾ ਬੰਦੇ ਹੀ ਤੁਸੀਂ ਹੋਗੇ, ਜੇ ਤੁਹਾਡੇ ਵਰਦੀ ਪਾਈ ਹੈਗੀ ਫਿਰ ਤੁਸੀਂ ਪੁੱਛ ਵਾਲੇ ਹੋਗੇ। ਕੱਲ੍ਹ ਤੋਂ ਮੈਂ ਕੰਮ 'ਤੇ ਲੱਗੇ, ਜਿਹਨੂੰ ਮਰਜ਼ੀ ਪੁੱਛ ਲਓ ਜਾ ਕੇ। ਅਤੇ ਬੇਬੇ ਇਹਨਾਂ ਦੇ ਗੁਆਂਢੀ ਤਾਂ ਕਹਿੰਦੇ ਸੀ ਤੁਹਾਨੂੰ 2 ਮਹੀਨੇ ਹੋ ਗਏ ਇੱਥੇ ਲੱਗਿਆ ਨੂੰ। ਕਿਹੜੇ ਕਹਿੰਦੇ ਸੀ ਗੁਆਂਢੀ ਤੁਹਾਨੂੰ? ਨਾਲ ਵਾਲੇ ਗੁਆਂਢੀ ਹੈ ਜਿਹੜੇ। ਊਂ ਹੀ ਕਹਿਤਾ ਤੁਹਾਨੂੰ ਉਹਨਾਂ ਨੇ, ਮੈਂ ਤਾਂ ਆਈ ਕਰਦੀ ਹਾਂ, ਕੱਲ੍ਹ ਵੀ 12 ਵਜੇ ਤੋਂ ਆਉਣ ਲੱਗੀ ਹਾਂ, ਕਿਸੇ ਦਾ ਕੰਮ ਕਰਨੀ। ਚੱਲ ਉਹ ਤਾਂ ਕੋਈ ਗੱਲ ਨਹੀਂ, ਮੈਨੂੰ ਸੋਨੀ ਨੇ ਵੀ ਦੱਸਿਆ ਸੀਗਾ, ਕਹਿੰਦੀ ਵੀ ਮਾਤਾ ਨੂੰ 2-3 ਮਹੀਨੇ ਹੋ ਗਏ ਲੱਗੀ ਨੂੰ। ਅਸੀਂ ਕਹਿਤਾ ਸੋਨੀ ਨੇ ਝੂਠ ਮਾਰਦੀ ਆ, ਝੂਠ ਬੋਲਤਾ। ਉਹ ਤਾਂ ਕਹਿੰਦੀ ਮੈਂ ਸੱਚ ਬੋਲਦੀ ਹਾਂ, ਮੈਂ ਤਾਂ ਸੱਚ ਹੀ ਬੋਲਦੀ ਹਾਂ, ਪੁੱਛੋ ਜਿਹੜਾ ਪੁੱਛਣਾ। ਮਾਮਾ ਚੰਨੀ ਵੀ ਮੈਨੂੰ ਐਂ ਕਹਿ ਕੇ ਗਿਆ, ਉਹਦੀ 2-3 ਮਹੀਨੇ ਹੋ ਗਏ ਜੀ। ਚੰਨੀ ਨਾਲ ਤਾਂ ਮੈਂ ਗੱਲ ਕਰਨੀ ਸੀ। ਕੋਈ ਨਾ, ਦੁਬਾਰੇ ਹੋ ਜੂ ਗੱਲਬਾਤ। ਪਰ ਇਹ ਵੀ ਚੰਨੀ ਮਾਮਾ ਤਾਂ ਆਪ ਕਹਿੰਦਾ ਸੀ ਵੀ 2-3 ਮਹੀਨੇ ਹੋ ਗਏ, ਮਾਤਾ ਝੂਠ ਕਾਹਤੋਂ ਬੋਲਦੀ ਆ। ਨਹੀਂ ਮੈਂ ਕਿਹਾ ਮੈਂ ਕੱਲ੍ਹ ਹੀ ਲੱਗੀ, ਜਿਹਨੂੰ ਮਰਜ਼ੀ ਪੁੱਛ ਲਓ ਜਾ ਕੇ। ਅੱਛਾ ਇਹ ਦੱਸੋ ਵੀ ਸੋਨੀ ਬਾਹਰ ਅੰਦਰ ਜਾਂਦੀ ਹੈ ਜਾਂ ਸਿਰਫ ਮੇਰੇ ਸਾਹਿਬ ਦੇ ਕੋਲ ਹੀ ਰਹਿੰਦੀ ਹੈ? ਨਹੀਂ ਮੈਨੂੰ ਨੀ ਪਤਾ ਇਹਨਾਂ ਗੱਲਾਂ ਬਾਰੇ, ਦੇਖੋ ਮੈਂ ਤਾਂ ਕੱਲ੍ਹ ਆਈ ਹਾਂ, ਮੈਨੂੰ ਨੀ ਪਤਾ ਵੀ ਕੀ ਇਹ ਕਰਦੇ ਆ ਕੀ ਨਾ ਕਰਦੇ ਆ। ਮੈਨੂੰ ਤਾਂ ਇੱਕ ਸਿਰਫ MLA ਸਾਹਿਬ ਨੇ ਇਹ ਕਿਹਾ ਸੀ ਵੀ ਸਾਡੀ ਗੁੜੀ ਆਈ ਹੈ ਬਾਹਰੋਂ, ਵੀ ਉਹਦੀ ਦੇਖਭਾਲ ਕਰਨੀ, ਘਰ ਰੋਟੀ ਪਾਣੀ ਬਣਾਉਣਾ ਤੇ ਝਾੜੂ ਪੋਚਾ ਕਰਨਾ। ਮਾਤਾ ਜਦੋਂ ਤੁਸੀਂ ਐਂਟਰੀ ਕਰਦੇ ਤੁਹਾਨੂੰ ਸੋਨੀ ਰੋਕਦੀ ਨਹੀਂ ਗੇਟ ਤੇ? ਸੋਨੀ ਉੱਥੇ ਕਈ ਵਾਰੀ ਹੁੰਦੀ ਨਹੀਂ, ਕਈ ਵਾਰੀ ਹੁੰਦੀ ਹੈ। ਆ ਦੇਖੋ ਕਈ ਵਾਰ ਹੁੰਦੀ ਹੈ, ਕਈ ਵਾਰ ਹੁੰਦੀ ਨਹੀਂ, ਕਈ ਵਾਰੀ ਕੰਮ ਹੋ ਜਾ ਵੜਦੀ ਹੂਰਾ ਪਰਾਂ। ਇਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਵੀ ਘਰੋਂ ਨਹੀਂ ਆਉਂਦੀ ਡਿਊਟੀ ਤੋਂ ਬਾਹਰ ਹੈ ਜਿਹੜਾ। ਚਲੋ ਕੋਈ ਨਾ ਮਾਤਾ ਜੀ, ਤੁਸੀਂ ਜਾਓ। ਧੰਨਵਾਦ ਜੀ ਤੁਸੀਂ ਆਏ। ਠੀਕ ਹੈ। ਇੱਕੋ ਕੁੜੀ ਰਹਿੰਦੀ ਆ ਮੈਡਮ ਜੀ। ਕੁੜੀ ਕਿਹੜੀ? ਇੱਕ ਹੋਰ ਹੈਗੀ ਹੈ ਜੀ ਕੁੜੀ, ਮੈਂ ਲਿਆਉਣਾ। ਇਹ ਕਿਹੜੀ ਕੁੜੀ? ਇੱਧਰ ਹੀ ਆਓ ਗੁੜੀਆ, ਇੱਧਰ ਦੇਖੋ ਜੀ, ਇੱਧਰ। ਕਿਵੇਂ ਬੁਲਾਇਆ ਸੀ ਮੈਨੂੰ? ਰਾਜ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਤਨੀਸ਼ਾ ਹੈ। ਕਿੰਨੇ ਸਾਲ ਦੇ ਹੋ? 18 ਸਾਲ ਦੇ। 18 ਸਾਲ ਦੇ ਹੋ? ਹਾਂਜੀ। ਤੇ MLA ਸਾਹਿਬ ਦੇ ਘਰ ਜਾਂਦੇ ਹੋ? ਹਾਂਜੀ, 2 ਵਾਰੀ ਗਈ ਸੀ ਮੈਂ ਤਾਂ। 2 ਵਾਰ ਗਈ ਸੀਗੇ? ਹਾਂਜੀ। ਬੇਟੇ ਤੈਨੂੰ ਡਰਨ ਦੀ ਲੋੜ ਨਹੀਂ, ਘਬਰਾਉਣ ਦੀ ਲੋੜ ਨਹੀਂ, ਜਿਹੜੀ ਵੀ ਗੱਲ ਹੈਗੀ ਆ ਸਾਹਮਣੇ ਸੱਚ ਦੱਸ, ਠੀਕ ਹੈ ਨਾ? ਸਮਝੀ। ਤੁਸੀਂ ਮਿਲਣ ਕਿਹਨੂੰ ਗਏ ਸੀ? ਮੈਂ ਤਾਂ ਮਨੂ ਨੂੰ ਮਿਲਣ ਜਾਂਦੀ ਹੁੰਦੀ। ਇਹ ਮਨੂ ਕੌਣ ਹੈ? ਮਨੂ ਮੇਰੀ ਫਰੈਂਡ ਆ ਗਈ ਛੋਟੇ ਹੁੰਦੇ ਦੀ। ਠੀਕ ਹੈ। ਤੇ ਫਿਰ ਤਾਂ ਤੁਸੀਂ ਇਦਾਂ ਹੀ ਚਲੇ ਜਾਂਦੇ ਹੋ, ਗੇਟ ਤੇ ਕੋਈ ਸਿਕਿਉਰਿਟੀ ਹੁੰਦੀ ਹੈ? ਨਹੀਂ ਹੁੰਦੇ, ਉਹਨਾਂ ਦੀ ਮਾਸੀ ਰੋਜ਼ ਹੀ ਬੈਠੇ ਰਹਿੰਦੇ। ਤੁਹਾਡੇ ਘਰ ਤਾਂ ਨਹੀਂ ਕਦੇ ਗਏ? ਨਾ, ਸਾਡੇ ਘਰੇ ਨਹੀਂ ਗਏ। 2 ਤੋਂ ਜ਼ਿਆਦਾ ਵਾਰ ਤਾਂ ਨਹੀਂ ਤੁਸੀਂ ਆਏ? ਨਾ, 2 ਵਾਰੀ ਆਈ ਸੀ ਮੈਂ ਤਾਂ। ਪਰ ਸੋਨੀ ਤਾਂ ਕਹਿੰਦੀ ਉਹ ਨਿੱਤ ਆਉਂਦੀ ਹੈ। ਨਹੀਂ ਜੀ, ਮੈਂ ਤਾਂ 2 ਵਾਰੀ ਆਈ ਸੀ। ਬੱਚੇ ਘਬਰਾਉਣ ਦੀ ਲੋੜ ਨਹੀਂ, ਬਿਆਨ ਸਹੀ ਤਰੀਕੇ ਨਾਲ ਦਿਓ। ਨਹੀਂ ਨਹੀਂ, ਮੈਂ ਸਹੀ ਦੇ ਰਹੀ ਹਾਂ, ਮੈਂ 2 ਵਾਰੀ ਆਈ ਸੀਗੀ ਬਸ। ਤੇ ਜਿਹੜੀ ਉਹਨਾਂ ਦੇ ਕੰਮ ਕਰਦੀ ਹੈ ਬੇਬੇ, ਉਹ ਵੀ ਕਹਿੰਦੀ ਉਹ ਕੁੜੀ ਰੋਜ਼ ਆਉਂਦੀ ਹੈ।
ਨਹੀਂ ਮੈਂ ਤਾਂ ਦੋ ਵਾਰੀ ਆਈ ਸੀ ਉਹਨਾਂ ਕੋਲ, ਮੈਨੂੰ ਕੋਲ ਮੈਂ ਬਸ ਦੋ ਵਾਰੀ ਆਈ ਸੀ ਕਿਉਂਕਿ ਮੈਂ ਘਰੇ ਮੰਮੀ ਬਿਮਾਰ ਹੁੰਦੇ ਨੇ, ਮੈਂ ਤਾਂ ਕਰਕੇ ਘੱਟ ਹੀ ਆਉਂਦੀ ਹਾਂ। ਹੋਰ ਕੁਛ ਕਹਿਣਾ ਚਾਹੁੰਦੇ ਹੋ ਜਾਂ ਬਸ ਇੰਨੀ ਹੈ ਵੀ ਹਾਂ ਆਉਣੀ ਹੈ ਤੇ ਹੋਰ ਮੈਨੂੰ ਕੁਛ ਨਹੀਂ ਪਤਾ, ਜਾਂ ਫਿਰ ਪਤਾ ਵੀ ਦੱਸਣਾ ਨਹੀਂ? ਨਹੀਂ ਨਹੀਂ ਜਿਹੜਾ ਪਤਾ ਸੀ ਮੈਂ ਤੁਹਾਨੂੰ ਦੱਸਤਾ। ਚਲੋ ਐਂ ਦੱਸੋ ਵੀ ਸੋਨੀ ਦਾ ਸੁਭਾਅ ਕਿੱਦਾਂ ਦਾ? ਨਹੀਂ ਉਹ ਤਾਂ ਬਹੁਤ ਵਧੀਆ ਜੀ। ਗੁੱਸੇ ਵਾਲਾ ਤਾਂ ਨਹੀਂ ਹੈਗਾ? ਥੋੜੇ ਥੋੜੇ ਹੈਗੇ ਆ। ਹੈਗੇ ਆ? ਹਾਂਜੀ। ਲੱਗਦਾ ਵੀ ਕੁਛ ਗਲਤ ਮਲਤ ਕਰ ਸਕਦੇ ਆ? ਨਾ ਨਾ ਇੱਦਾਂ ਦਾ ਤਾਂ ਨਹੀਂ ਹੈਗੇ। ਚਲੋ ਠੀਕ ਹੈ ਬੱਚੇ, ਠੀਕ ਹੈ, ਚੰਗਾ। ਇੱਕ ਵਾਰੀ ਫੇਰ ਬੁਲਾਵਾਂਗੇ ਬੇਟੇ? ਨਹੀਂ ਇਹਨਾਂ ਤੋਂ ਲੋੜ ਨਹੀਂ, ਕਿਉਂਕਿ ਇਹ ਲੜਕੀ ਦੀ ਸਹੇਲੀ ਹੈ ਤਾਂ ਕੋਈ ਇੰਨਾ ਕੋਈ ਖਾਸ ਰੋਲ ਮੈਨੂੰ ਲੱਗ ਨਹੀਂ ਰਿਹਾ, ਇਸ ਕਰਕੇ ਇਹਨੂੰ ਬੁਲਾਉਣ ਦੀ ਕੋਈ ਖਾਸ ਜ਼ਰੂਰਤ ਹੈ ਨਹੀਂ। ਉਹ ਤੁਸੀਂ ਕਹਿ ਦਿੰਦੇ ਹੋ ਮੈਡਮ ਜੀ ਇਨਕੁਆਇਰੀ ਹੁੰਦੀ ਨਹੀਂ, ਫਿਰ ਹੁਣ ਮੇਰੇ ਦਿਲੋਂ ਝਾੜਨ ਲੱਗ ਜਾਂਦੇ। ਨਹੀਂ ਨਹੀਂ ਆਪਾਂ ਜਿਸ ਦੀ ਲੋੜ ਆਪਾਂ ਨੂੰ ਪਤਾ ਹੈ, ਪਰ ਇਹ ਲੜਕੀ ਸਿਰਫ ਜਿਵੇਂ ਆਪਾਂ ਆਉਂਦੇ ਹਾਂ ਲੜਕੀਆਂ ਕੋਲ ਲੜਕੀ ਆ ਜਾਂਦੀ ਹੈ, ਕੋਈ ਜ਼ਿਆਦਾ ਰੋਲ ਨਹੀਂ, ਉਹ ਵੀ ਮਨੂੰ ਹੁਣ ਬਾਹਰ ਆਏ ਹੋਏ ਆ ਕਰਕੇ ਬਾਹਰੋਂ। ਪਰ ਮਨੂੰ ਦੀ ਸਹੇਲੀ ਆ ਜੀ, ਇਹ ਇੱਕ ਦੋ ਵਾਰੀ ਗਈ ਹੋਊਗੀ। ਹਾਂ ਵੈਸੀ ਵਗ ਜਾਂਦੇ ਤਾਂ ਉਹ ਮੈਨੂੰ ਨਹੀਂ ਲੱਗਦਾ ਸੀ ਇਹਦਾ ਚਿਹਰਾ ਲੱਗਦਾ ਨਹੀਂ ਵੀ ਕੁੜੀ ਨੇ ਕੁਝ ਦੇਖਿਆ। ਇਸ ਕਰਕੇ ਕਹਿ ਰਹੀ ਹਾਂ। ਦੇਖੋ ਹੋਰ ਕੋਈ ਹੈ? MLA ਸਾਹਿਬ ਕਦੋਂ ਆਉਣਗੇ ਫਿਰ? MLA ਸਾਹਿਬ ਤਾਂ ਜਦੋਂ ਵੀ ਮਰਜ਼ੀ ਆ ਸਕਦੇ ਨੇ ਜੀ। ਚਲੋ ਠੀਕ ਹੈ ਫਿਰ, ਬਾਕੀ ਜੇ ਤੁਸੀਂ ਕੋਈ ਇਨਕੁਆਇਰੀ ਦੇਖਣੀ ਹੋਈ ਤਾਂ ਇਨਕੁਆਇਰੀ ਮੈਡਮ ਜੀ ਮੈਂ ਤਾਂ ਸਾਰਿਆਂ ਨੂੰ ਦੁਬਾਰੇ ਫੇਰ ਬੁਲਾਉਂਗਾ। ਬੁਲਾ ਲਿਓ ਰਾਜੀ। ਸ਼ਾਬਾਸ਼ ਜੀ, ਗੁੱਡ ਗੁੱਡ, ਵੈਰੀ ਗੁੱਡ, ਟੇਸਟ ਠੀਕ ਲੱਗ ਰਿਹਾ। ਰਵੈਬ ਦੇ ਉਹ ਬੰਦਾ ਆ ਗਿਆ ਸਾਈਡ ਤੋਂ, ਮੈਂ ਸੰਦਾ ਇਧਰੋਂ ਵੀ ਆ ਗਿਆ। ਬੰਦਾ ਨਹੀਂ ਆ ਗਿਆ, ਬੰਦੇ ਆ ਗਏ। ਕਸੀਟਾ ਰਾਮ ਬੜੀਆਂ ਗੇਮਾਂ ਖੇਡਦਾ ਹੈ। ਬਹਿ ਬਹਿ ਬਹਿ, ਕਿਉਂ ਵੀ ਜਿੱਤ ਸੀ ਨਾ ਬੈਠ। ਓਏ ਠੀਕ ਹੈ ਠੀਕ ਹੈ, ਆ ਗੇਮਾਂ ਤਾਂ ਤੇਰੀਆਂ ਹੋ ਗਈਆਂ ਫੇਲ, ਜਿਹੜੀ ਗੇਮ ਤੂੰ ਪਾ ਕੇ ਆਇਆ ਨਾ ਉਹ ਗੇਮ ਹੁਣ ਦੇਖ ਕਿੱਧਰ ਨੂੰ ਜਾਂਦੀ ਹੈ। ਜਾਂਦਾ ਕਿੱਧਰ? ਬੈਠ ਓਏ ਬੈਠ ਬੈਠ, ਜਾਣ ਦੀ ਕੋਸ਼ਿਸ਼ ਨਾ ਕਰੀ, ਮੈਂ ਤੈਨੂੰ ਦੱਸਾਂ ਗੱਲ। ਓ ਚਤਰ ਸਿੰਘ ਭਾਈ ਦਾ ਕਾਹਨੂੰ ਆ ਮੈਂ? ਹਾਂ ਮੈਂ ਤਾਂ ਇਹ ਕਹਿਣਾਗਾ, ਕਹਿੰਦੀ ਲਾਇਆ ਕਰ ਗੁੱਚੀ ਦੀਆਂ ਐਨਕਾਂ, ਬੜਾ ਲੱਗਦਾ ਜੈਂਕੀ, ਉਹ ਮੈਂ ਭੱਜਦਾ ਕਾਹਨੂੰ ਆ, ਮੈਂ ਤਾਂ ਐਂ ਭੱਜਦਾ ਸੀ ਮੇਰੀ ਭਰਗੀ ਪਾਣੀ ਵਾਲੀ ਟੈਂਕੀ। ਉਹ ਤਾਂ ਅਸੀਂ ਬੰਦੀ ਕਰਕੇ ਆਇਆ ਤੇਰੀ ਟੈਂਕੀ ਦੱਸ ਕੇ ਆਇਆ ਸੀ, ਭਰਗੀ ਪਾਣੀ ਵਾਲੀ ਟੈਂਕੀ। ਆ ਗੱਲ ਸੁਣੋ, ਐ ਤੇਰੇ ਇਹੋ ਜਿਹੇ ਕਿੰਨੇ ਤੁਸੀਂ ਪੱਟੇ ਆ, ਤੇਰੇ ਇਹੋ ਜਿਹੇ ਗੇਟ ਬਾਲ ਕਸੂ, ਮੁੜ ਕੇ ਤੂੰ ਇਹ ਕੰਮ ਹੀ ਨਹੀਂ ਕਰਨਾ। ਕਿਵੇਂ ਤੇਰੇ ਕੰਮ ਕੁਮ ਆਏ ਸੀ? ਕਿਵੇਂ? ਹਾਂ ਕੰਮ ਆਏ ਸੀ। ਕਿਵੇਂ? ਤੈਨੂੰ ਪਤਾ ਨਹੀਂ ਤੇਰੇ ਸੀ? ਅੱਛਾ ਹਾਂ ਆਏ। ਦੱਸੋ ਫਿਰ ਕਿਵੇਂ ਹੋਣਾ ਹੋਈ? ਦੱਸੋ ਕਿਸੇ ਮਿਲਣ ਲਈ ਕਰਨਾ ਆ? ਹੁਣ ਜਦੋਂ ਰਵੀ ਨਾਲ ਆ ਕੇ ਮੇਰੇ ਘਰੇ ਬਹਿ ਗਿਆ, ਮੈਂ ਤਾਂ ਉਹਨੂੰ ਟਪਾਉਂਦਾ ਸੀ, ਉਹ ਕੰਧ ਦੇ ਆਦੂ ਚਲੇ ਖੜ ਗਿਆ। ਉਹਨੂੰ ਤਾਂ ਕੰਧ ਟਪਾਤੀ, ਹੁਣ ਦੇਖ ਤੈਨੂੰ ਕੀ ਟਪਾਉਣੇ ਆ। ਚਲੋ ਥੋੜਾ ਕੁ ਦਰ ਹੈ, ਇੱਧਰ ਆ ਗੇਟ। ਦੇਖ ਵੀ ਕਿਸੇ ਤਰ੍ਹਾਂ ਤੇਰੇ ਨਾਲ ਮੇਰੀ ਕੋਈ ਦੁਸ਼ਮਣੀ ਨਹੀਂ ਹੈਗੀ, ਠੀਕ ਹੈ ਨਾ? ਜੋ ਵੀ ਰਵੀ ਨੂੰ ਤੂੰ ਸਿਖਾਉਂਦਾ ਰਿਹਾ ਕਰਦਾ ਰਿਹਾ, ਉਹ ਇੱਕ ਵਾਰੀ ਸੱਚ ਬੋਲ ਲੈ ਯਾਰ। ਜਨਾਬ ਤੁਸੀਂ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ, ਨਾਲੇ ਤੁਹਾਨੂੰ ਤਾਂ ਮੈਡਮ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਮੈਂ ਤਾਂ ਸਟਾਫ ਚੋਂ ਆ ਕੇ ਗਿਆਂਗਾ, ਮੈਂ ਇਹੋ ਜਿਹਾ ਕੰਮ ਕਿਉਂ ਕਰੂੰਗਾ? ਮੈਨੂੰ ਸੁਣਦਾ ਨਹੀਂ ਸੀ, ਤੇਰਾ ਉੱਚੀ ਬੋਲੋ। ਮੈਂ ਕਿਹਾ ਜੀ ਮੈਂ ਇਸੇ ਸਟਾਫ ਚੋਂ ਤਾਂ ਗਿਆਂਗਾ, ਮੈਂ ਇਹੋ ਜਿਹਾ ਕੰਮ ਕਿਉਂ ਕਰੂੰਗਾ? ਜੇ ਤੂੰ ਸਟਾਫ ਚੋਂ ਗਿਆ ਨਾ, ਤੇਰੇ ਨਾਲ ਤਾਂ ਨੂੰ ਉਸੇ ਤਰੀਕੇ ਨਾਲ ਗੱਲ ਕੀਤੀ ਹੈ। ਅਸੀਂ ਤਾਂ ਕੰਮ ਵਾਲੇ ਸੀ, ਤੈਨੂੰ ਹੀ ਲਿਆਏ ਹੈ ਨਾ, ਛੱਡਦਾ ਦਿਮਾਗ 'ਚ ਫਰਕ ਸੀ। ਦੇਖ ਮੇਰੀ ਗੱਲ ਸੁਣੋ ਜੀ ਜਨਾਬ, ਮੈਂ ਤੁਹਾਨੂੰ ਇੰਨੀ ਗੱਲ ਕਹਿਣਾਗਾ, ਮੇਰੀ ਉਹਨਾਂ ਨਾਲ ਗੱਲਬਾਤ ਜ਼ਰੂਰ ਹੁੰਦੀ ਰਹੀ ਹੈ, ਠੀਕ ਹੈ?
ਕਿਉਂਕਿ ਜਦੋਂ ਮੈਨੂੰ ਸਸਪੈਂਡ ਕਰਤਾ ਹੁਣ ਇਹ ਦੁਸ਼ਮਣੀ ਤਾਂ ਮੈਨੂੰ ਮੇਰੇ ਨਾਲ ਲੈਣੇ ਕੱਢਣੀ ਹੈ, ਮੇਰੇ ਘਰੇ ਜ਼ਰੂਰ ਆਉਂਦੇ ਰਹੇ ਨੇ ਇੱਕ ਅੱਧੀ ਵਾਰ ਵੀ ਤੈਨੂੰ ਐਂ ਕਰ ਦਾਂਗੇ ਐਂ ਕਰ ਦਾਂਗੇ। ਤੁਹਾਨੂੰ ਕੀ ਲੱਗਾ ਮੈਂ ਮਿਲਿਆ ਹੋਇਆ ਇਹਨਾਂ ਨਾਲ? ਓਏ ਜੇ ਘਰੇ ਆਉਂਦਾ ਤਾਂ ਮਿਲਿਆ ਹੀ ਹੋਇਆ, ਹੋਰ ਕੀ ਹੈ? ਚਤਰ ਸਿੰਘ ਚੰਡਾਲ ਜੀ ਹੁਣ ਨਾ ਇਹਦੇ ਨਾਲ ਮੱਥਾ ਮਾਰੋ, ਬਹੁਤ ਕੁਟਾਈ ਹੋਈ ਇਹਦੀ ਰਾਹ 'ਚ, ਅਤੇ ਆਪਾਂ ਪਹਿਲਾਂ ਪਰਚਾ ਪਾਓਗੇ ਅਤੇ ਫਿਰ ਕੁਛ ਦੇ ਲਾ ਗੋਤ। ਉਹ ਮੈਡਮ ਜੀ ਇਹਨੂੰ ਬੈਠਾ ਰਹਿਣ ਦੇ, ਫਿਰ ਕਰਦੇ ਗੱਲ ਇਹਦੇ ਨਾਲ, ਚਲੋ ਪਾਓ ਪਰਚਾ ਕਰਦੇ ਇਹਦੇ ਨਾਲ। ਚਲੋ ਪਹਿਲਾਂ ਇਹਨਾਂ ਨਾਲ ਰੋਬ ਮਾਰਦੇ ਹੁੰਦੇ ਸੀਗੇ, ਅੱਜ ਰੋਬ ਸਹਿਣਾ ਵੀ ਪੈ ਰਿਹਾ। ਅਤੇ ਪਹਿਲਾਂ ਪ੍ਰਦੇਸ਼ ਸੀਗੇ ਉਹ ਪਾਉਣ ਨੂੰ ਕਹਿੰਦੇ ਸੀਗੇ, ਹੁਣ ਲੱਗਦਾ ਇਹ ਪਾਉਣਗੇ। ਚੱਲ ਦੇਖੀ ਜਾਓ, ਰਵੀ ਵੀ ਮੈਨੂੰ ਤਾਂ ਲੱਗਦਾ ਇੱਥੇ ਆ, ਨਹੀਂ ਪਤਾ ਰਵੀ ਦਾ ਪਤਾ ਨਹੀਂ ਕੀ ਬਣੂਗਾ, ਇਸ ਤਾਂ ਪਿਆ ਵੀ ਨਹੀਂ ਜਾਣਾ ਮਿੱਤਰਾ, ਇੱਥੇ ਮੱਛਰ ਮੁੱਛਰ ਵੀ ਬਾਹਲਾ ਲੜਦਾ। ਚੱਲ ਦੇਖੀ ਜਾਊ ਜਾਂ ਇੱਥੇ ਪਾਣੀ ਦਾ ਤੋੜਾ, ਚੱਲ ਪਿਆ ਸ਼ੁਕਰ ਹੈ। ਹੇ ਥੱਕ ਗਈ ਮੈਂ ਤਾਂ ਅੱਜ। ਸਤਿ ਸ਼੍ਰੀ ਅਕਾਲ ਮੇਰੇ ਸਾਹਿਬ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਹੋਰ ਠੀਕ ਹੈ ਜੀ? ਮੈਂ ਤਾਂ ਠੀਕ ਹਾਂ। ਜਤਰ ਸਾਹਿਬ ਤੂੰ ਵੀ ਠੀਕ ਆ? ਕੀ ਗੱਲ ਹੋ ਗਈ ਨਾ? ਲੈ ਹਜੇ ਕਹਿੰਦਾ ਗੱਲ ਕੀ ਹੋ ਗਈ, ਹਜੇ ਗੱਲ ਹੀ ਨਹੀਂ ਹੋਈ। ਆਹ ਜਿਹੜੀ ਪੁੱਛ ਰਹੇ ਸੀ ਤੁਸੀਂ, ਇਹਨਾਂ ਨੇ ਤਾਂ ਬੁਲਾ ਬੁਲਾ ਕਰੀ ਜਾਂਦੇ ਹੋ, ਜਿਹੜਾ ਫੋਨ 'ਤੇ ਵੀ ਹੋ ਜਾਂਦੇ ਸੀ, ਜਿਹਨੂੰ ਚਿੱਤ ਕਰਦਾ ਨਾ ਉਹਨੂੰ ਇੱਥੇ ਥਾਣੇ 'ਚ ਬੁਲਾ ਲੈਂਦੇ ਹੋ। ਕਹਿੰਦਾ ਤੁਸੀਂ ਮੇਰੇ ਰਿਸ਼ਤੇਦਾਰ ਨੂੰ ਬੁਲਾ ਲਿਆ, ਫਿਰ ਕੰਮਾਂ ਨੂੰ ਬੁਲਾ ਲਿਆ, ਉਹ ਕੁੜੀ ਲੈਣ ਨਹੀਂ ਦੇਣ ਨਹੀਂ ਮੇਰੀ ਧੀ ਕੋਲ ਆਉਂਦੀ ਸੀ, ਉਹ ਕੁੜੀ ਨੂੰ ਬੁਲਾ ਲਿਆ ਵੀ ਉਹਦਾ ਵੀ ਕਸੂਰ ਹੈਗਾ, ਕੱਲ੍ਹ ਨੂੰ ਉਹਨੂੰ ਵਿਆਹੁਣੀ ਵੀ ਆ ਮਾੜਾ ਮੋਟਾ, ਆਹ ਤਾਂ ਗੱਲ ਤੁਸੀਂ ਸੋਚ ਹੀ ਸਕਦੇ ਹੋਗੇ। MLA ਸਾਹਿਬ ਤੁਹਾਡੇ ਕਹਿਣ 'ਤੇ ਮੈਂ ਤਾਂ ਫਾਈਲ ਬੰਦ ਕਰਤੀ ਸੀ, ਪਰ ਮੈਂ ਹੈਰਾਨ ਹੈ ਵੀ ਇਹ ਚਤਰ ਸਿੰਘ ਚੰਡਾਲ ਦੁਬਾਰੇ ਫਾਈਲ ਲੈ ਕੇ ਆ ਗਈ ਸੋਨੀ ਦੀ, ਅਤੇ ਕਹਿੰਦੇ CID ਆਫੀਸਰਾਂ ਨੇ ਉਹ ਕੀਤਾ, ਮੈਂ ਤਾਂ ਕਰਕੇ ਫਿਰ ਮੈਂ ਕਿਹਾ ਦੇਖਦੇ ਹਾਂ ਕੀ ਗੱਲਬਾਤ ਹੈ। ਦੁਬਾਰੇ ਫਾਈਲ ਲੈ ਕੇ? ਹਾਂਜੀ। ਚਤਰ ਸਿੰਘ ਕਮਾਲ ਹੈ, ਇੱਕ ਪਾਸੇ ਦਾ ਕਹਿ ਦਿੰਦਾ ਮੈਂ ਤੁਹਾਡੇ ਨਾਲ ਹਾਂ ਜੀ, ਇਹ ਫਿਰ ਨਾਲ ਵਾਲੇ ਕੀ ਗੱਲ ਹੋਊਗੀ? ਉਹ ਜਨਾਬ ਤੁਹਾਡੇ ਨਾਲ ਹੀ ਆ, ਇਹ CID ਅਫਸਰ ਆ ਗਿਆ ਕੋਈ, ਉਹਨਾਂ ਨੇ ਮਤਲਬ ਦੋ ਤਿੰਨ ਕੁਆਰੀ ਲਾਤੀ, ਤਾਂ ਕਰਕੇ ਕੋਈ ਗੱਲ ਨਹੀਂ ਜਨਾਬ, ਫਾਈਲ ਹੋ ਜੂ ਬੰਦ, ਕੋਈ ਗੱਲ ਨਹੀਂ, ਘਬਰਾਓ। ਉਹ ਬੰਦ ਤਾਂ ਹੋਊ ਜਦੋਂ ਬੰਦਾ ਮੇਰੇ ਥਾਣੇ 'ਚ ਆ ਕੇ ਸੱਦੀ ਜਾਂਦੇ ਆ, ਉਹਨੇ ਰੋਹ ਭੱਜ ਜਾਂਦੇ ਕੀ ਹੋ, ਜੇ ਕੋਈ ਪੁੱਛ ਕੇ ਮੰਨੀ ਗੱਲ ਆ, ਜੇ ਸੀਗੀ ਨਹੀਂ ਤੂੰ ਇਹ ਤਾਂ ਘਰੇ ਜਾ ਕੇ ਵੀ ਲੈ ਆਉਣਾ ਕਿੱਡਾ ਕੰਮ ਸੀਗਾ, ਰਿਸ਼ਤੇਦਾਰ ਨੂੰ ਬੁਲਾਉਣ ਦੀ ਕੀ ਗੱਲ ਆ, ਹੁਣ ਕੁੜੀ ਸੀ ਜਰਾ, ਚੱਲ ਸੋਨੀ ਤਾਂ ਆਪਦੇ ਰੋਹ ਥਾਣੇ 'ਚ ਆਉਂਦੀ ਚੱਲ ਜੂਗਾ, ਚੱਲ ਮੇਰਾ ਮਾਮਾ ਸੀ ਉਹ ਵੀ ਆ ਗਿਆ, ਚੱਲ ਮੰਨੀ ਗੱਲ, ਉਹ ਜਿਹੜੀ ਕੁੜੀ ਕੱਲ੍ਹ ਨੂੰ ਵਿਆਹੁਣੀ ਵੀ ਉਹਦਾ ਕੋਈ ਕਸੂਰ ਨਹੀਂ, ਉਹਨੂੰ ਕਿਉਂ ਬੁਲਾਇਆ ਤੁਸੀਂ ਇੱਥੇ, ਅਗਲਾ ਨਾ ਥਾਣੇ 'ਚ ਬੁਲਾਇਆ ਹੈਗਾ। ਉਹ ਜਨਾਬ ਇੰਨੀ ਕੁ ਪੁੱਛ ਗਿੱਛ ਕਰਨੀ ਪੈਂਦੀ ਆ, ਤੁਸੀਂ ਗੁੱਸਾ ਨਾ ਕਰੋ, ਰਹੀ ਗੱਲ ਘਸੀਟਾ ਸਿੰਘ ਦੀ, ਉਹਨੂੰ ਫੜ ਕੇ ਜੇਲ੍ਹ 'ਚ ਸਿੱਟਦਾ ਮੈਂ, ਕੁੱਟ ਕੁੱਟ ਕੇ ਉਹਦਾ ਨਾਸ ਮਾਰਦਾ। ਤੁਸੀਂ ਟਰਾਮ ਕਦੋਂ ਕੁੱਟਿਆ ਤੁਸੀਂ ਉਹਨੂੰ? ਉਹ ਮੈਡਮ ਜੀ ਤੁਹਾਨੂੰ ਤਾਂ ਇਹ ਨਹੀਂ ਪਤਾ ਲੱਗਦਾ ਵੀ ਕੀ ਕਰਦਾ ਕੀ, ਤੁਸੀਂ ਆਪਦੇ ਕੰਮ 'ਤੇ ਧਿਆਨ ਦਿਓ ਮੈਡਮ ਜੀ। ਮੇਰੇ ਸਾਹਮਣੇ ਤਾਂ ਉਹਨੂੰ ਕੋਈ ਕੁੱਟਿਆ ਨਹੀਂ। ਉਹ ਤੁਸੀਂ ਇੱਥੇ ਹੈ ਹੀ ਨਹੀਂ ਸੀ ਮੈਡਮ ਜੀ, ਕੁੱਟਿਆ ਕਿਉਂ ਨਹੀਂ? ਆ ਦੇਖ ਲਓ ਜੀ। ਨਾ ਕੁੱਟਿਆ? ਹਾਂ ਜੀ। ਅੱਛਾ ਜੀ, ਘਸੀਟਾ ਰਾਮ ਤਾਂ ਤੁਰਨ ਜੋਗਾ ਨਹੀਂ ਰਿਹਾ ਜੀ, ਇੰਨੀ ਰੇਲ ਬਣਾਈ ਉਹਦੀ ਮੈਂ। ਚਲੋ ਠੀਕ ਹੈ, ਚੰਗੀ ਗੱਲ ਹੈ, ਧੰਨਵਾਦ ਆ, ਜਿਹੜੀ ਗੱਲ ਕਹਿਣਾ ਇਹੀ ਹੋਵੇ। ਇਹੀ ਹੈ ਜੀ। ਚਲੋ ਫਿਰ ਠੀਕ ਹੈ ਜੀ, ਇਹੀ ਗੱਲ ਹੈ ਤਾਂ ਚਲੋ ਠੀਕ ਹੈ। ਪਰ ਇੱਕ ਗੱਲ ਦੱਸ ਤੁਹਾਨੂੰ ਮੈਂ, ਆਹ ਖੜੀਆ ਸੁਣਨੀ, ਜਿਹੜਾ ਤੁਹਾਨੂੰ ਪੁੱਛਣਾ ਹੁਣ ਪੁੱਛ ਲਓ, ਅਤੇ ਬਾਅਦ 'ਚ ਠਾਣੇ 'ਚ ਤੁਸੀਂ ਭਾਵੇਂ ਫੋਨ ਲਾਈ ਜਾਓ, ਕੁਛ ਮਰਜ਼ੀ ਕਰੀ ਜਾਂਦੇ। ਉਹ ਜਨਾਬ ਸੋਨੀ ਸਾਡੀ ਮੁਲਾਜ਼ਮ ਆ, ਸਾਡੀ ਮਹਿਕਮੇ 'ਚ ਆਇਆ ਸੀ, ਇਹਨੂੰ ਕਿਤੇ ਕੰਮ ਪਰੇਸ਼ਾਨ ਕੀਤਾ ਸੋਨੀ ਤੈਨੂੰ? ਨਹੀਂ ਕਰਦੇ ਜਨਾਬ, ਅਸੀਂ ਕਿਉਂ ਕਰਾਂਗੇ? ਜਿਹਾ ਗੱਲ ਹੁੰਦੀ ਨਾ, ਤੁਸੀਂ ਇੱਥੇ ਬੁਲਾਉਂਦੇ ਨਹੀਂ ਸੀਗੇ, ਤੁਹਾਨੂੰ ਪਤਾ ਹੈਗਾ ਮੇਰੇ ਨਾਲ, ਅਸੀਂ ਕੁਦਰਤੀ ਮੀਟਿੰਗ ਆ ਗਈ ਬਾਹਰ ਆ ਜਾਓ, ਉੱਥੇ ਤੁਸੀਂ ਫੋਨ ਲਾਈ ਜਾਂਦੇ ਹੋ, ਇਹ ਤਾਂ ਮੈਂ ਉੱਥੇ ਐਮਰਜੈਂਸੀ ਸੱਦਿਆ ਗਾ, ਅਤੇ ਕੋਈ ਅਫਸਰ ਆਇਆ, ਮੈਨੂੰ ਤਾਂ ਸਮਝ ਨਹੀਂ ਆਉਂਦਾ ਤੁਹਾਡੇ ਅਫਸਰ ਕਿਹੜੇ ਵੇਲੇ ਅਫਸਰ ਆ ਜਾਂਦੇ, ਕਿਹੜੇ ਵੇਲੇ ਵਗ ਜਾਂਦੇ ਆ। ਉਹ ਮੈਡਮ ਨੇ ਕਰਤਾ ਹੋਣਾ ਜੀ ਫੋਨ, ਮੈਂ ਤਾਂ ਕੋਈ ਫੋਨ ਨਹੀਂ ਕੀਤਾ। ਨਾਲੇ ਜਤਰ ਸਿੰਘ ਜੰਡਾਲ ਜੀ ਤੁਸੀਂ ਆਪ ਹੀ ਦੱਸੋ, ਇਹਨੂੰ ਬੁਲਾਇਆ ਸੀ ਇਨਕੁਆਇਰੀ ਵਾਸਤੇ, ਤੇ MLA ਸਾਹਿਬ ਦੇ ਸਾਹਮਣੇ ਤੁਸੀਂ ਮੁੱਕਰ ਰਹੇ ਹੋ, ਇਹ ਗੱਲ ਕਿਤਨੀ ਜਾ ਰਹੀ ਹੈ? ਉਹ ਮੈਡਮ ਜੀ ਤੁਸੀਂ ਪਾਣੀ ਪੂਣੀ ਪੀ ਲਿਆ ਕਰੋ, ਕਹਿੰਦਾ ਤੁਹਾਨੂੰ ਤਾਂ ਇਹ ਨਹੀਂ ਪਤਾ ਲੱਗਦਾ ਵੀ ਪਾਣੀ 'ਚ ਹੋਈ ਕੀ ਜਾਂਦਾ ਜੀ। ਕਿਉਂ ਮੈਂ ਇੱਥੇ ਮੱਖੀਆਂ ਮਾਰਦੀ ਹਾਂ,
ਨਹੀਂ ਮੈਂ ਮਾਰਦਾ ਜੀ ਬੱਕੀਆਂ, ਤੁਸੀਂ ਕਾਹਨੂੰ ਮਾਰਦੇ? ਜਿਹੜਾ ਮੈਂ ਕੰਮ ਆਇਆ ਜਿਹੜੀ ਇਹਨੂੰ ਦੇਖ ਮੇਰਾ ਮਾਮਾ ਸੀਗਾ, ਮੇਰੇ ਮਾਮੇ ਦਾ ਇੱਥੇ ਕੀ ਹੱਕ ਸੀਗਾ? ਜੇ ਗੱਲਬਾਤ ਸੀ ਤੁਸੀਂ ਮੈਨੂੰ ਫੋਨ ਲਾ ਕੇ ਮੈਨੂੰ ਬੋਲਦੇ? ਉਹ ਜਨਾਬ ਤੁਹਾਡਾ ਵੀ ਮਾਮਾ ਨਾਲ ਸਾਡਾ ਵੀ ਮਾਮਾ, ਉਹਨੂੰ ਅਸੀਂ ਪਿਆਰ ਨਾਲ ਹੀ ਪੁੱਛਿਆ ਵੀ ਮਾਮਾ ਜੀ ਕੋਈ ਗੱਲਬਾਤ ਆਏ ਤਾਂ ਨਹੀਂ, ਉਹ ਕਹਿੰਦਾ ਨਾਮ ਆਏ ਕੋਈ ਗੱਲਬਾਤ ਨਹੀਂ। ਓਹੋ, ਇਹ ਗੱਲਬਾਤ ਜਦ ਫੋਨ ਤੇ ਪੁੱਛਣ ਦਾ ਜਾਂ ਘਰੇ ਵਾਲ ਕਹਿੰਦੇ, ਇਹਦੇ 'ਚ ਆਏ ਵੀ ਹੋ ਜਾਂਦੇ ਵੀ ਐਮਐਲਏ ਦਾ ਰਿਸ਼ਤੇਦਾਰ ਸੀਗਾ, ਅਸੀਂ ਘਰੇ ਜਦ ਕੇ ਗਏ, ਉਹ ਤਾਂ ਐਮਐਲਏ ਗੱਲ ਨਹੀਂ ਰਹੀ, ਉਹ ਤਾਂ ਫਿਰ ਮਾਮਾ ਤਾਂ ਕੱਲ੍ਹ ਨੂੰ ਕਹੂਗਾ ਤੇਰੇ ਉੱਥੇ ਪੁੱਛ ਗਿੱਛ ਹੀ ਨਹੀਂ। ਨਹੀਂ ਨਹੀਂ ਜਨਾਬ, ਤੁਸੀਂ ਗੁੱਸਾ ਨਾ ਕਰੋ, ਅਸੀਂ ਉਹਨੂੰ ਕੋਈ ਗਲਤ ਨਹੀਂ ਬੋਲੇ, ਕੁਛ ਨਹੀਂ ਕਿਹਾ, ਸਾਰੇ ਪਰਿਵਾਰ ਨੂੰ ਆਪਾਂ ਜਿਵੇਂ ਆਪਣਾ ਪਰਿਵਾਰ ਹੁੰਦਾ ਇਸ ਤਰ੍ਹਾਂ ਬਹਾ ਕੇ ਗੱਲ ਕੀਤੀ ਹੈ, ਕਿਸੇ ਪਰਿਵਾਰ ਨਾਲ ਵਸਾ ਦੀ ਨਾਲ ਗੱਲ ਹੀ ਨਹੀਂ ਕੀਤੀ। ਦੋ ਦਿਨ ਪਹਿਲਾਂ ਝੂਠ ਬੋਲਿਆ, ਜਦੋਂ ਅਸੀਂ ਇੱਕ ਸੀਟਾ ਰਾਮ ਅੰਦਰ ਛੱਡ ਗਏ ਹਾਂ, ਇਹਨੇ ਤਾਂ ਇੱਕ ਉਂਗਲ ਵੀ ਨਹੀਂ ਲਾਈ। ਨਹੀਂ ਜੀ, ਤੇ ਦੂਸਰੀ ਗੱਲ, ਇਹਨੇ ਸੋਨੀ ਨੂੰ ਬੁਲਾਇਆ, ਤੁਹਾਡੇ ਪਰਿਵਾਰ ਨੂੰ ਬੁਲਾਇਆ, ਮੈਨੂੰ ਕਹਿੰਦਾ ਵੀ CID ਆਫਿਸਰ ਨੇ ਕਰ ਲਈ, ਮੈਂ ਕਿਹਾ ਐਮਐਲਏ ਸਾਹਿਬ ਨੇ ਤਾਂ ਫਾਈਲ ਬੰਦ ਕਰਾਤੀ, ਇਹ ਕਿੱਦਾਂ ਹੋ ਸਕਦਾ? ਅਖੇ ਉੱਥੇ ਬਹੁਤ ਕੁਛ ਮਿਲਿਆ, ਉਹ ਨਹੀਂ ਸਮਝ ਆਈ ਵੀ ਜਿੱਥੇ ਰਾਣੀ ਮੈਡਮ ਦਾ ਕਤਲ ਹੋਇਆ ਸੀ ਕੀ ਮਿਲਿਆ ਜੀ ਉੱਥੇ? ਕੁਛ ਨਹੀਂ ਮਿਲਿਆ ਜੀ, ਜਾਣ ਕੇ ਕਹਿੰਦਾ ਉਹ ਤੂੰ ਤਾਂ ਚੁੱਪੀ ਗੱਲ ਤੋਂ ਬੋਲ ਹੀ ਨਾ, ਦੋ ਦਿਨ ਪਹਿਲਾਂ ਤਾਂ ਮੈਨੂੰ ਕਹਿ ਰਿਹਾ ਮੈਡਮ ਕੋਈ ਪ੍ਰੂਫ ਨੀ, ਫਾਈਲ ਬੰਦ ਕਰ ਦੋ, ਐਮਐਲਏ ਸਾਹਿਬ ਨੇ ਕਿਹਾ ਮੈਂ ਫਾਈਲ ਬੰਦ ਕਰ ਦੂ ਤੁਹਾਡੇ ਕਹਿਣ ਤੇ, ਤੇ ਤੂੰ ਸਾਰੀਆਂ ਗੱਲਾਂ ਛੱਡ ਰਾਣੀ, ਹੁਣ ਕਸੀ ਟਰਾਂ ਬਾਹਰ ਨਹੀਂ ਨਿਕਲਣਾ ਚਾਹੀਦਾ। ਠੀਕ ਹੈ ਜੀ, ਇਹ ਜ਼ਿੰਮੇਵਾਰੀ ਤੇਰੀ ਆ, ਹੁਣ ਉਹਦੇ ਨਹੀਂ ਲਾਉਂਦਾ ਮੈਂ, ਤੇਰੇ ਹੀ ਲਾਉਣਾਗਾ। ਕੱਲ ਨੂੰ ਇਹ ਨਾ ਕਹੀ ਦੀ ਬਾਅਦ ਚ ਵੀ ਉਹਨੇ ਐਂ ਕਰਤਾ, ਚਤਰ ਸਿੰਘ ਨੇ ਐਂ ਕਰਤਾ। ਮੈਂ ਕਿਸੇ ਟਰਮ ਨੂੰ ਬਾਹਰ ਤਾਂ ਨਾ ਆਉਣ ਦੇਵਾਂ, ਪਰ ਮੈਂ ਇਹ ਵੀ ਨਹੀਂ ਕਹਿ ਸਕਦੀ ਵੀ ਉਹ ਨਹੀਂ ਜਾ ਸਕਦਾ ਬਾਹਰ। ਉਹ ਸਾਰੇ ਦੇਖ ਜਦੋਂ ਰਵੀ ਫੜਿਆ ਗਿਆ ਸੀ, ਰਵੀ ਨੇ ਗਵਾਹੀ ਦਿੱਤੀ ਹੈ ਨਾ ਕਿਸੇ ਟਰਮ ਵਿੱਚ ਸੀ, ਇਹ ਤਾਂ ਤੂੰ ਮੰਨਦੀ ਆ? ਜਦੋਂ ਰਵੀ ਅੰਦਰ ਜਾ ਸਕਦਾ ਸੀ, ਟਰਮ ਕਿਉਂ ਨਹੀਂ ਜਾ ਸਕਦਾ ਜੀ? ਪਰ ਜੇ 50 ਵਜੋਂ ਦਿੱਤਾ ਜੀ ਕਿਸੇ ਨੇ, ਮੈਂ ਕਿਹਾ ਮੈਂ ਫੇਰ ਅਗੋ 50 ਤਾਂ ਬਸ ਉਸ ਤੋਂ ਬਾਅਦ ਇੱਕ ਦਿਨ ਨੂੰ ਮੈਂ ਗੱਲ ਹੋ ਜਾਂਦਾ ਚਤਰ ਸਿੰਘ ਤੇ ਮਾੜਾ ਜਿਹਾ ਸਿਹਾਰੀ ਰੱਖੀ। ਇੱਕ ਗੱਲ ਮੈਂ ਸੁਣਨਾ ਕਰਨੀ ਸੀ ਮੇਲੇ ਸਾਹਿਬ, ਮੈਨੂੰ ਲੱਗਦਾ ਬਹੁਤਾ ਚਿਰ ਇਸ ਥਾਣੇ 'ਚ ਟਿਕਣ ਵਾਲਾ ਨਹੀਂ, ਕਿਉਂਕਿ ਇਹ ਮੈਨੂੰ ਸਿੱਧੇ ਮੂੰਹ ਬੋਲ ਹੀ ਨਹੀਂ ਰਿਹਾ। ਮੈਂ ਤਾਂ ਇਹਦੀ ਸੀਨੀਅਰ ਹਾਂ, ਆਫਿਸਰ ਹਾਂ, ਵੱਡੀ ਥਾਣੇਦਾਰ, ਅਤੇ ਇਹ ਮੈਨੂੰ ਸਿੱਧਾ ਨਹੀਂ ਬੋਲ ਰਿਹਾ, ਮੇਰੀ ਗੱਲ ਨੂੰ ਕੱਟ ਦਿੰਦਾ ਅਤੇ ਆਪਣੀ ਗੱਲ ਨੂੰ ਅੱਗੇ ਕਰ ਦਿੰਦਾ। ਚੱਲ ਕੋਈ ਗੱਲ ਨਹੀਂ, ਤੂੰ ਦੱਸ ਦੇਖ ਮਾੜਾ ਜਿਹਾ ਇੱਕ ਦੋ ਦਿਨ, ਫਿਰ ਤੂੰ ਮੈਨੂੰ ਦੱਸੀ ਵੀ ਮਾੜਾ ਮੋਟਾ ਜਿਹਾ ਰੰਗ ਢੰਗ ਬਦਲੇ ਕਿ ਨਹੀਂ ਬਦਲੇ, ਫਿਰ ਆਪਾਂ ਜੀ ਇਹ ਪੂਰੇ ਹੀ ਬਦਲਿਆ ਲੱਗਦਾ, ਤੁਸੀਂ ਰੰਗ ਢੰਗ ਦੀ ਗੱਲ ਕਰਦੇ ਹੋ। ਕੋਈ ਨੀ, ਫਿਰ ਆਪਣੇ ਹੱਥ 'ਚ
ਚੱਲ ਕੋਈ ਗੱਲ ਨਹੀਂ, ਜੇ ਕੋਈ ਵੀ ਗੱਲਬਾਤ ਹੁੰਦੀ ਹੈ ਤਾਂ ਤੂੰ ਬੈਠੀ ਨਾ, ਮੈਨੂੰ ਦੱਸਿਆ ਕਰ ਤੂੰ ਕਾਹਦੇ ਵਾਸਤੇ ਆ। ਮੈਂ ਤਾਂ ਤੁਹਾਨੂੰ ਪਲ ਪਲ ਦੀ ਖ਼ਬਰ ਦੂੰ, ਪਰ ਮੇਰਾ ਮਨ ਪਤਾ ਨਹੀਂ ਕਿਉਂ ਅੱਜ ਪਰੇਸ਼ਾਨ ਹੈ। ਮੈਨੂੰ ਇਹਦੇ ਝੂਠ ਬੋਲਣ ਦੀ ਬਹੁਤ ਹੀ ਪਰੇਸ਼ਾਨੀ ਹੈ, ਵੀ ਇਹਨੇ ਝੂਠ ਕਿਉਂ ਬੋਲਿਆ। ਉਹ ਚੱਲ ਉਹ ਕਈ ਵਾਰੀ ਨਾ ਸਾਰਿਆਂ ਦੇ ਲਹਿਜੇ ਅੱਡੋ ਅੱਡੀ ਹੁੰਦੇ ਆ, ਕੰਮ ਕਰਨ ਦੇ ਤਰੀਕੇ ਅਲੱਗ ਹੁੰਦੇ ਆ, ਕੋਈ ਕਿਸੇ ਨੂੰ ਦੱਸ ਕੇ ਕਰਦਾ ਹੁੰਦਾ, ਕੋਈ ਨਹੀਂ ਕਰਦਾ ਹੁੰਦਾ। ਆਪਾਂ ਨੂੰ ਪਤਾ ਲੱਗ ਜੂ, ਆਪਾਂ ਇਹਦੇ ਇਲਜ਼ਾਮ ਲਾਈ ਜਾ ਕੇ ਇਹ ਆਪਦਾ ਹੋਰ ਹਿਸਾਬ ਨਾਲ ਕੰਮ ਕਰਦਾ ਹੋਵੇ, ਇਹ ਤਾਂ ਤੂੰ ਗੱਲ ਮੰਨਦੀ ਹੈ ਨਾ? ਕੋਈ ਗੱਲ ਨਹੀਂ, ਇੱਕ ਦੋ ਦਿਨ ਦੇਖ, ਫਿਰ ਆਪਾਂ ਨੂੰ ਪਤਾ ਲੱਗ ਜੂਗਾ। ਆਪਾਂ ਕਿਸੇ ਝੂਠਾ ਵੀ ਉਹ ਲਾ ਸਕਦੇ? ਨਹੀਂ ਮੈਂ ਝੂਠਾ ਨਹੀਂ ਲਾ ਰਹੀ, ਪਰ ਮੈਨੂੰ ਉਹਨਾਂ ਦਾ ਝੂਠ ਉਹ ਕਿਤੇ ਨਾ ਕਿਤੇ ਪਰੇਸ਼ਾਨ ਕਰ ਰਿਹਾ। ਕੋਈ ਗੱਲ ਨਹੀਂ, ਫਿਰ ਪਤਾ ਲੱਗ ਜੂ, ਆਪਦੇ ਦਿਮਾਗ 'ਚ ਗੱਲ ਰੱਖਣਾ, ਜਿਵੇਂ ਲੱਗੀ ਤੇ ਉਦੋਂ ਬਾਅਦ ਮੈਨੂੰ ਤੂੰ ਆ ਕੇ ਮਿਲੀ ਕਰੇ। ਠੀਕ ਹੈ ਜੀ, ਠੀਕ ਹੈ, ਤੇਰਾ ਤੂੰ ਆ ਗੱਲ ਧਿਆਨ ਰੱਖ। ਠੀਕ ਹੈ, ਮੈਂ ਜਿਵੇਂ ਕੰਮ ਕਰਦਾ ਧਿਆਨ 'ਚ ਰੱਖ, ਕੀ ਪਤਾ ਇਹਦਾ ਅਲੱਗ ਕੰਮ ਕਰਨਾ ਕੋਈ ਹੋਰ ਹੋਵੇ। ਆਪਾਂ ਇਹਨੂੰ ਕਹੀ ਜਾ ਕੇ ਸਾਰਾ ਕੁਝ ਸੋਚ ਸਮਝ ਕੇ ਫਿਰ ਗੱਲ ਕਰਾਂਗੇ ਆਪਾਂ। ਠੀਕ ਹੈ ਜੀ, ਅਸਾ ਚੀਜ਼ਾਂ ਧਿਆਨ ਰੱਖੀ, ਫਿਰ ਆਈ ਨਾਲ ਗੱਲ ਨਹੀਂ ਕਰੇ ਮੇਰੇ ਕੋਲ। ਨਾ ਜ਼ਰੂਰ ਆਊਂਗੀ। ਠੀਕ ਹੈ ਜੀ, ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਚਤਰ ਸਿੰਘ ਚੰਡਾਲ ਨੇ ਫਾਈਲ ਬਣਾਈ ਕਿਉਂ ਹੈ, ਤੇ ਕਿਹੜੇ ਅਫਸਰ ਨੇ ਜਿਹੜੇ ਮੈਨੂੰ ਮਿਲੇ ਨੂੰ ਮਿਲ ਕੇ ਤੁਰ ਗਏ, ਸਮਝ ਨਹੀਂ ਆਉਂਦੀ ਗੱਲ ਦੀ। ਚੰਡਾਲ ਅੱਜ ਪਹਿਲੇ ਰੱਬਾ ਹੈ, ਮੈਂ ਤੈਨੂੰ ਦੱਸਾਂ ਆ ਸਟਾਰ ਸਟਾਰ ਵੀ ਤੇਰੇ ਲੱਗਣ ਵਾਲੀ ਹੈ। ਇਹ ਕੀ ਹੋ ਰਹੀ ਹੈ? ਚਤਰ ਸਿੰਘ ਕੋਈ ਰੱਬ ਰੁਪਈ ਰੱਬ ਇਹਦਾ ਪੈਸੇ ਪੈਸੇ ਕੁਛ ਬਣਾ ਦਾ ਬਣਾ ਗਿਆ, ਰੱਬ ਰੁਪਈ ਹੈ ਨੀ। ਚਤਰ ਸਿੰਘ ਕਿੰਨਾ ਨਾ ਮੈਂ ਸਭ ਲੈ ਕੇ ਗੱਲ ਕਰ ਦੇਣਾ। ਚਾਤਰ ਸਿੰਘ ਚਾਤਰ ਕੀ ਹੋਇਆ, ਕੀ ਹੋਇਆ ਨਾ? ਮੈਂ ਪੁੱਛਦੀ ਪਈ ਆ ਕੁਛ, ਕੁਰਸੀ ਦਾ ਕੀ ਹਾਲ ਬਣਾਇਆ ਤੈਨੂੰ? ਹੋਰ ਕੀ ਜਾਂਦਾ ਬੋਲ, ਇਹਨੂੰ ਹੋ ਕੀ ਰਿਹਾ? ਕੀ ਹੋ ਗਿਆ? ਪਾਣੀ ਪਾਣੀ ਵੜ ਲਈ, ਪਾਣੀ ਕਾਹਦੀ ਖਾਤਰ ਹੋਇਆ ਕੀ? ਤੈਨੂੰ ਵਿਹਲੇ ਤਾਂ ਬੈਠਾ ਇੱਥੇ, ਪਾਣੀ ਦੇ ਨਾਲ ਬੈਠ ਕੁਰਸੀ ਤੇ ਬੈਠ। ਉਹ ਬੈਠਾ ਨਹੀਂ ਕਰਦਾ ਮੈਡਮ ਜੀ, ਉਹ ਇਹ ਲੱਛਣ ਜਗ੍ਹਾ ਤੋਂ ਕਰੀ ਜਾਂਦਾ। ਉਹ ਨਹੀਂ ਪਾਣੀ, ਮੈਨੂੰ ਲੱਗਦਾ ਇਹਨੂੰ ਡਾਕਟਰ ਨੂੰ ਦਿਖਾਉਣਾ ਪਊਗਾ, ਕੋਈ ਦੌਰਾ ਜ਼ਰੂਰ ਪੈਂਦਾ ਹੋਊਗਾ। ਪਾਣੀ ਮੈਡਮ ਜੀ, ਮੈਡਮ ਜੀ ਪਾਣੀ ਪਾਣੀ ਮੈਡਮ ਜੀ ਪਾਣੀ ਪਾਣੀ। ਚੁੱਪਾ ਚੁੱਪਾ ਸ਼ਾਂਤੀ ਨਾਲ ਬੈਠ ਜਾ, ਮੈਨੂੰ ਡਾਕਟਰ ਨੂੰ ਬੁਲਾਉਣਾ ਪਊ ਨਾ ਮਰ ਮੁਰਦੀ।